ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਦੇ ਸਾਰੇ ਦਰਸ਼ਕਾਂ ਨੂੰ ਮਨਮੋਹਨ ਸਿੰਘ ਸਮਰਾ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਅਸੀਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਪ੍ਰਾਈਮ ਚਰਚਾ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ। ਜਿਵੇਂ ਕਿ ਅਕਸਰ ਅਸੀਂ ਆਪਣੇ ਪ੍ਰੋਗਰਾਮਾਂ ਵਿੱਚ ਵਿਦਵਾਨਾਂ ਨੂੰ ਲਿਆ ਕੇ ਆਪ ਜੀ ਨਾਲ ਸਾਂਝ ਕਰਾਉਂਦੇ ਹਾਂ, ਵੱਖਰੇ ਵੱਖਰੇ ਵਿਸ਼ਿਆਂ 'ਤੇ ਗੱਲਬਾਤ ਹੁੰਦੀ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਪੰਥ ਦੀ ਉਹ ਮਹਾਨ ਸ਼ਖਸੀਅਤ ਸੰਤ ਬਾਬਾ ਬਹਾਦਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਉਹਨਾਂ ਦੇ ਜੀਵਨ 'ਤੇ, ਪੰਥ ਨੂੰ ਉਹਨਾਂ ਦੀ ਦੇਣ ਅਤੇ ਨਾਲ ਦੀ ਨਾਲ ਹੋਰ ਸੰਸਥਾਵਾਂ ਉਹਨਾਂ ਦੀ ਪੰਥ ਦੇ ਵਿੱਚ ਕੀ ਸਥਾਨ ਆ, ਵਿੱਦਿਅਕ ਤੌਰ 'ਤੇ ਅਧਿਆਤਮਿਕ ਤੌਰ 'ਤੇ ਉਹਨਾਂ ਨੇ ਪੰਥ ਨੂੰ ਕੀ ਦੇਣ ਦਿੱਤੀ ਆ। ਜਦੋਂ ਅਸੀਂ ਸੰਤ ਅਤਰ ਸਿੰਘ ਮਸਤਵਾਣਾ ਸਾਹਿਬ ਵਾਲਿਆਂ ਦੀ ਗੱਲ ਕਰਦੇ ਹਾਂ, ਉਹ ਪਹਿਲੇ ਸੰਤ ਸੀ ਜਿਨ੍ਹਾਂ ਨੂੰ ਸਾਰੇ ਪੰਥ ਨੇ ਪ੍ਰਵਾਨ ਕੀਤਾ ਸੀ ਅਤੇ ਜਿਨ੍ਹਾਂ ਨੇ ਉਸ ਵਿਖੜੇ ਸਮੇਂ ਦੇ ਵਿੱਚ ਪੰਥ ਦੀ ਉਹ ਮਹਾਨ ਸੇਵਾ ਕੀਤੀ ਜਦੋਂ ਪੰਥ ਦੀ ਗਿਣਤੀ ਬਹੁਤ ਘੱਟ ਚੁੱਕੀ ਸੀ, ਅੰਮ੍ਰਿਤ ਦੀ ਇੱਕ ਲਹਿਰ ਸ਼ੁਰੂ ਕੀਤੀ ਅਤੇ ਵਿੱਦਿਅਕ ਸੰਸਥਾਵਾਂ ਦੇ ਵਿੱਚ ਵੀ ਆਪਣਾ ਯੋਗਦਾਨ ਪਾਇਆ। ਸੋ ਇਸ ਗੱਲਬਾਤ ਵਿੱਚ ਸ਼ਾਮਿਲ ਹੋਣ ਲਈ ਮੇਰੇ ਨਾਲ ਸਰਦਾਰ ਭਗਵਾਨ ਸਿੰਘ ਚੌਹਲ, ਜਿਹੜੇ ਕਿ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ, ਤੁਸੀਂ ਅਕਸਰ ਵੱਡੀਆਂ ਸਟੇਜਾਂ 'ਤੇ ਉਹਨਾਂ ਨੂੰ ਦੇਖਦੇ ਹੋ, ਅਕਾਲ ਤਖਤ ਦੀ ਐਡਵਾਈਜ਼ਰੀ ਕਮੇਟੀ ਦੇ ਵਿੱਚ ਵੀ ਨੇ ਅਤੇ ਪੰਥ ਦੀਆਂ ਹੋਰ ਵੱਖਰੀਆਂ ਵੱਖਰੀਆਂ ਸੰਸਥਾਵਾਂ ਨਾਲ ਜੁੜੇ ਹੋਏ ਨੇ। ਸੋ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਦਾ ਸਟੂਡੀਓ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਸੰਤ ਅਤਰ ਸਿੰਘ ਮਸਤਵਾਣਾ ਸਾਹਿਬ ਵਾਲਿਆਂ ਦੀ, ਉਸ ਸਮੇਂ ਦੇ ਹਾਲਾਤਾਂ ਬਾਰੇ ਸਾਨੂੰ ਪਹਿਲਾਂ ਥੋੜ੍ਹਾ ਜਿਹਾ ਦੱਸਿਓ ਜੀ। ਸਮਰਾ ਸਾਹਿਬ, ਬੜਾ ਪਿਆਰਾ ਸਵਾਲ ਹੈ ਤੁਹਾਡਾ। ਅਸਲ ਵਿੱਚ ਸੰਤ ਦੀ ਜਿਹੜੀ ਪਰਿਭਾਸ਼ਾ ਹੈ ਨਾ ਜੀ, ਸੋਈ ਸੰਤ ਜੈ ਭਾਵੈ ਰਾਮ, ਸੰਤ ਗੋਬਿੰਦ ਕਹਿ ਕਹਿ ਕੰਮ, ਜਿਹੜਾ ਉਹਨੂੰ ਭਾਉਂਦਾ, ਜਿਹੜਾ ਉਹਨੂੰ ਚੰਗਾ ਲੱਗਦਾ ਜੀ, ਸੰਤ ਉਹ ਹੁੰਦਾ ਜੀ। ਉਹਦੇ 'ਚ ਪਹਿਰਾਵੇ ਦਾ ਕੋਈ ਮਤਲਬ ਨਹੀਂ ਹੁੰਦਾ। ਕੋਈ ਗੁਰਸਿੱਖ ਬਿਰਤੀ ਵਾਲਾ ਹੋ ਸਕਦਾ ਜੀ, ਮਨੁੱਖ ਦੀਆਂ ਕੁਛ ਭੁੱਖਾਂ ਨੇ ਜੀ, ਇੱਕ ਤਨ ਦੀ ਭੁੱਖ ਹੈ, ਤੁਸੀਂ ਰੋਟੀ ਖਾਂਦੇ ਹੋ, ਖੁਰਾਕ ਲੈਂਦੇ ਹੋ ਜੀ, ਉਹਦਾ ਤਨ ਦੀ ਭੁੱਖ ਨਾਲ ਸੰਬੰਧ ਹੈ। ਬਿਲਕੁਲ ਜੀ। ਇੱਕ ਮਨ ਦੀ ਭੁੱਖ ਹੈ ਜੀ, ਤੁਸੀਂ ਕਹਿੰਦੇ ਹੋ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ, ਤੁਸੀਂ ਕਹਿੰਦੇ ਉਹਨੂੰ ਇਕੱਲਾ ਰੱਖਿਆ ਗਿਆ ਜੀ, ਉਹਨੂੰ ਬੱਚਿਆਂ ਵਿੱਚ ਰੱਖੋ, ਉਹਨੂੰ ਸੰਗਤ ਚੰਗੀ ਦਿਓ ਜੀ, ਉਹ ਮਾਨਸਿਕ ਤੌਰ 'ਤੇ ਬਦਲ ਜਾਵੇ ਜੀ। ਅਤੇ ਬਹੁਤ ਸਾਰੇ ਮਨ ਦੀ ਭੁੱਖ ਲਈ ਤੁਸੀਂ ਵੇਖਦੇ ਹੋ ਸਫ਼ਰ ਦੌਰਾਨ ਵੀ ਸੰਗੀਤ ਸੁਣਦੇ ਰਹਿੰਦੇ ਆ। ਬਿਲਕੁਲ ਜੀ। ਇਹ ਮਨ ਦੀ ਭੁੱਖ ਹੈ, ਔਰ ਇਸੇ ਕਰਕੇ ਹੀ ਇਹ ਜਿਸ ਮੀਡੀਆ 'ਤੇ ਆਪਾਂ ਗੱਲ ਕਰ ਰਹੇ ਹਾਂ ਟੀਵੀ 'ਤੇ, ਇਹ ਮਨ ਦੀ ਭੁੱਖ ਨੂੰ ਦੂਰ ਕਰਨ ਦੀ ਖਾਤਰ ਜਦੋਂ ਬੰਦਾ ਥੱਕਿਆ ਟੁੱਟਿਆ ਘਰ ਵਿੱਚ ਜਾਂਦਾ ਹੈ, ਬਿਲਕੁਲ, ਖਾਸ ਕਰਕੇ ਇਹਨਾਂ ਦੇਸ਼ਾਂ ਵਿੱਚ ਜੀ, ਕੈਨੇਡਾ, ਅਮਰੀਕਾ, ਇੰਗਲੈਂਡ ਜੀ, ਜਦੋਂ ਜਾਂਦਾ ਹੈ ਤਾਂ ਉਸਦੀ ਮਾਨਸਿਕ ਭੁੱਖ ਦੀ ਖਾਤਰ ਹੀ ਜੀ ਇਹ ਟੀਵੀ ਦੇ ਪ੍ਰੋਗਰਾਮ ਤਿਆਰ ਕੀਤੇ ਜਾਂਦੇ। ਬਿਲਕੁਲ ਜੀ। ਔਰ ਇੱਕ ਭੁੱਖ ਹੋਰ ਹੁੰਦੀ ਹੈ, ਉਹ ਭੁੱਖ ਹੁੰਦੀ ਹੈ ਆਤਮਾ ਦੀ, ਰੂਹ ਦੀ ਜੀ। ਆਤਮਾ ਦੀ ਭੁੱਖ ਇੱਕ ਵੱਖਰੀ ਭੁੱਖ ਹੈ, ਅਤੇ ਉਸ ਭੁੱਖ ਨੂੰ ਜਿਹੜੀ ਪੂਰਤੀ ਉਹਦੀ ਹੁੰਦੀ ਹੈ, ਉਹ ਪੂਰਤੀ ਗੁਰਬਾਣੀ ਕਰਦੀ ਹੈ, ਸ਼ਬਦ ਕਰਦਾ ਜੀ, ਭਗਤੀ ਸੰਗੀਤ ਕਰਦਾ ਜੀ। ਹਮੇਸ਼ਾ ਹਮੇਸ਼ਾ ਸਾਰੀ ਦੁਨੀਆਂ ਵਿੱਚ ਇਸ ਤਰ੍ਹਾਂ ਹੁੰਦੀ ਰਹੀ ਹੈ ਜੀ, ਅਤੇ ਦੁਨੀਆਂ ਦੇ ਧਰਮਾਂ ਵਿੱਚੋਂ ਜਿਹੜੇ ਉਹਨੂੰ ਰਸ ਮਿਲਦਾ ਜੀ, ਉਹ ਰਸੀਆਂ ਹੋਈਆਂ ਆਤਮਾਵਾਂ ਬਹੁਤ ਥੋੜ੍ਹੀਆਂ ਹੁੰਦੀਆਂ ਨੇ। ਲੋਕ ਉਹਨਾਂ ਨੂੰ ਬੌਰੇ ਵੀ ਕਹਿੰਦੇ ਨੇ ਜੀ, ਲੋਕ ਉਹਨਾਂ ਨੂੰ ਪਾਗਲ ਵੀ ਕਹਿੰਦੇ ਨੇ। ਬਿਲਕੁਲ। ਉਹਨਾਂ ਲਈ ਵੱਖਰੇ ਵੱਖਰੇ ਸ਼ਬਦ ਵਰਤੇ ਗਏ ਆ, ਗੁਰੂ ਨਾਨਕ ਸਾਹਿਬ ਲਈ ਵੀ ਸੰਸਾਰ ਦੇ ਲੋਕਾਂ ਨੇ ਵਰਤੇ। ਬਿਲਕੁਲ। ਕੋਈ ਪੈਗੰਬਰ ਦੁਨੀਆਂ 'ਤੇ ਆਇਆ ਜੀ, ਉਸ ਪ੍ਰਤੀ ਅਜਿਹੇ ਸ਼ਬਦ ਸੰਸਾਰ ਦੇ ਲੋਕਾਂ ਨੇ ਵਰਤੇ, ਕਿਉਂਕਿ ਲੋਕਾਂ ਨੂੰ ਬਹੁਤਾ ਰੂਹਾਨੀਅਤ ਦੀ ਭੁੱਖ ਬਾਰੇ ਗਿਆਨ ਨਹੀਂ ਹੁੰਦਾ। ਚਾਹੁੰਦੇ ਸਾਰੇ ਨੇ ਕਿ ਪਤਾ ਨਹੀਂ ਕੋਈ ਰੂਹ ਦੀ ਖੁਰਾਕ ਮਿਲਣੀ ਚਾਹੀਦੀ ਹੈ। ਕੁਝ ਤਾਂ ਸਵੇਰੇ ਉੱਠ ਕੇ ਯਾਦ ਕਰਦੇ ਨੇ, ਪਰ ਕੁਝ ਅਜਿਹੇ ਇਨਸਾਨ ਨੇ ਜਿਹੜੇ ਰੂਹਾਨੀਅਤ ਦੀ ਭੁੱਖ ਵਾਲੇ ਲੋਕਾਂ ਦੇ ਪਿੱਛੇ ਫਿਰ ਪੈ ਰਹਿੰਦੇ ਨੇ ਕਿ ਰਸੀ ਹੋਈ ਆਤਮਾ ਕੀ ਹੁੰਦੀ ਹੈ ਜੀ, ਰਸੇ ਹੋਏ ਇਨਸਾਨ ਕੀ ਹੁੰਦੇ ਆ, ਰਸੀ ਹੋਈ ਰੂਹ ਕੀ ਹੁੰਦੀ ਹੈ ਜੀ। ਅਸਲ ਵਿੱਚ ਰਸੀਆਂ ਹੋਈਆਂ ਆਤਮਾਵਾਂ ਹੀ ਸੰਤ ਹੁੰਦੀਆਂ ਨੇ, ਉਹ ਕੋਈ ਵੀ ਆਤਮਾ ਹੋ ਸਕਦੀ ਹੈ ਜੀ, ਜਿਹੜੀ ਅੰਦਰੋਂ ਰਸ ਗਈ, ਜਿਹਨੂੰ ਆਨੰਦ ਆਉਣਾ ਸ਼ੁਰੂ ਹੋ ਗਿਆ ਜੀ, ਇਹ ਅਵਸਥਾ ਦਾ ਨਾਂ ਹੈ ਜੀ। ਅਤੇ ਸਧਾਰਨ ਮਨੁੱਖ ਇਹਦੇ ਬਾਰੇ ਬਹੁਤਾ ਕੁਛ ਨਹੀਂ ਜਾਣ ਸਕਦਾ, ਇਸੇ ਕਰਕੇ ਹੀ ਧਰਮ ਦੇ ਦੀ ਦੁਨੀਆਂ ਵਿੱਚ ਜਿਹੜੇ ਲੋਕ ਨੇ ਇਹਦੇ ਪਿੱਛੇ ਪਏ ਰਹਿੰਦੇ ਨੇ ਕਿ ਪਖੰਡ ਹੈ ਜੀ, ਇਹ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ ਜੀ। ਅਸਲ ਵਿੱਚ ਜਿਸ ਅਵਸਥਾ ਤੱਕ ਬੰਦਾ ਨਹੀਂ ਪਹੁੰਚ ਸਕਦਾ, ਉਹਦੇ ਬਾਰੇ ਉਹਨੂੰ ਗਿਆਨ ਵੀ ਨਹੀਂ ਹੋ ਸਕਦਾ। ਜਿਵੇਂ ਸੰਸਾਰਿਕ ਕਾਰਜ ਤੁਸੀਂ ਕਰਦੇ ਹੋ, ਕੰਮ ਕਰ ਸਕਦੇ ਹੋ, ਜਿਸ ਮਨੁੱਖ ਦਾ ਜਿਹੜਾ ਕੰਮ ਕਰਦੇ ਹੋ ਉਹਦੇ ਬਾਰੇ ਉਹਨੂੰ ਜ਼ਿਆਦਾ ਪਤਾ ਹੁੰਦਾ ਜੀ, ਜੇ ਦੂਸਰਾ ਇਨਸਾਨ ਜਾਣੇ ਉਹਦੇ ਕਾਰਜ ਬਾਰੇ ਉਹ ਨਹੀਂ ਕਰ ਸਕਦਾ, ਔਰ ਕਰੇ ਤਾਂ ਢੀਂਗਾ ਵਾਜੇ, ਬਿਲਕੁਲ, ਉਹ ਫਿਰ ਫਸ ਜਾਂਦਾ ਵੀ ਇਹ ਕੰਮ ਜਿਹੜਾ ਇਹਨਾਂ ਜਿਹੜਾ ਦੂਸਰਾ ਕਰਦਾ, ਕਿਉਂਕਿ ਇਹ ਕੰਮ ਜਿਹੜੀ ਰਸੀ ਹੋਈ ਆਤਮਾ ਹੈ ਉਹ ਦੱਸ ਸਕਦੇ ਨੇ ਜ਼ਿਆਦਾ ਵੱਡੀ ਪੱਧਰ 'ਤੇ। ਅਸਲ ਵਿੱਚ ਜਦੋਂ ਸਿੱਖ ਰਾਜ ਆਉਂਦਾ ਨਾ, ਸਿੱਖ ਰਾਜ ਜਾਣ ਤੋਂ ਬਾਅਦ
सूरज डुब जाता जो सिख राज 1849 उस तो बाद संत बाबा अतर सिंह मस्तू आने वाले इस धरती से लोगों के सामने आते हैं और जो लोगों के सामने आते हैं बड़ी रसी हुई आत्मा के मालक सन जी आनंद लैन वाली आत्मा सन उन्हों का समुचा जीवन आत्मक आनंद ही बीतया जी तुम कह दें कि बच्चा बड़ा टिकाऊ वाला है बड़ी टिकाऊ वाली यदि अवस्था है वह थोड़े लोग होंगे ने जो चुलबुले लोग तो बहुत होंगे ने आत्मक आनंद लैन वाले लोग बचपन में भी मिल जाते हैं बिल्कुल हाँ जी तो बाबा अतर सिंह उन्हों का जीवन आत्मक आनंद वाला जीवन से और उस आत्मक आनंद वाले जीवन नू ने जो संसार विचरे जिथे भी गए हो क्योंकि उन्होंने जीवन से जो चर्चा करा तो घंटिया बद्दी का समा चाहिए जिथे जिथे भी बाबा अतर अतर सिंह मस्तू आने वाले का एक मन का फुरना से कौम प्रति बड़ा विखड़ा समा से कौम लिए बहुत विखड़ा समा सिख राज तो बाद 1849 तो बाद बड़ा विखड़ा समा से और जो विखड़े समय में तुम हैरान होवोगे तो ना तो साड़ी कोई जथेबंदी सी बिल्कुल ना जे साड़िया सिंह सभावां बनिया सन ना चीफ खालसा दीवान बनिया सी ना एस जी पी सी बनी सी ना कोई राजनीतिक तौर पर सानू सोझी सी असी समाजिक तौर पर भी विखड़े हुए सा आर्थिक तौर पर बड़ी माड़ी हालत सी और ये जड़े हालात सन जो अंग्रेज़ ब्रिटिश सरकार उत्थे आई है तो उन्होंने बड़ा थोड़ा एनालिसिस किया उन्होंने बहुत चंगी तरह पढ़िया और उन्होंने वेख्या कि इन्हों को एजुकेशन भी नहीं है बड़े मार्शल ने लड़न मरण लिए तैयार रहिंदे ने जो उन्होंने ये सारिया गल्लां वेखियां ना तो उस वेले कौम नूं जागृत करन वाली रूहां की लोड़ सी वह कोई आत्मक आनंद वाले मनुख समझ सकता है कि इन्हों मनुखा की लोड़ की है तो बड़ी तेज तरार बुद्धि से संत बाबा अतर सिंह मस्तू आने की उन्होंने समझिया भी एक तो जहालत गरीबी बिल्कुल जी दूजी अनपढ़ता जी कोई तीखण बुद्धि वाला बंदा यह समझ सकता सी भी इन्हों किस चीज़ की लोड़ है कौम कितने फसी हुई है कौम के की हालात ने कौन इन्हों अगवाई दे सकता इतों तक साड़ी आबादी पक्षों भी घटती घटती आबादी भी 15-16 लाख से आ गई जिहड़ी श्री पंजाब महाराज रणजीत सिंह वेले 1 करोड़ सी लोगों ने सिख सिद्धांतां नूं छड्डिया सिखी नूं छड्डिया और इस समय दे विच ना लोड़ सी कौम समुची कौम नूं जागृत करन दी तो बाबा अतर सिंह मस्तू आने वाली रूहां उन्होंने बड़े साथी सन उस समय के जिन्होंने इस गल नूं समझिया देखो ना तो उदो कोई सड़क सी ना कोई उदो स्कूली एजुकेशन सी ना कोई हॉस्पिटल सी ते पिंड साडी इकाई सी बिल्कुल जी और पिंड अपनी स्टेट के बराबर सी क्योंकि पिंड का गुजारा पिंड विच ही हुंदा सी पिंड तो बाहर कोई जांदा नहीं सी ते उस समय कौम नूं जागृत करना आत्मक तौर पर भी जगाउणा रूहानियत तौर पर जगाउणा यह मीडिया वाला कोई योग नहीं सी नहीं सी कुछ नहीं सी ते बहुत दूर दूर तक संत बाबा अतर सिंह मस्तू आने वाले ने दीवान लाए हर शहर विच केंद्र चुन के हर कस्बे विच केंद्र चुन के दीवाना विच संगत नूं बुलाया खास करके दीवान अजकल रात दे लगदे ने बाबा अतर सिंह मस्तू आने वाले लोग पिंडां दे सवेरे उठ जांदे सन दीवान लगदे सन आसा दीवार दे सवेर समय और बड़ा लोगों नूं जागृत किया जी ते जदों इन्हां दा जन्म हुंदा संत बाबा तेजा सिंह जी दा हां जी इह 1877 विच इन्हां दा जन्म हुंदा जी और 1877 तो बाद जदों 50 साल दे सन 1927 विच संत बाबा अतर सिंह मस्तू आने वाले संसार तो गए ने उदों एस जी पी सी भी बन चुकी सी चीफ खालसा दीवान भी कार्यशील सी सिंह सभावां भी कार्यशील सी जदों जांदे ने संसार तो 27 विच ते 27 विच इन्हां नूं जिम्मेवारी संत बाबा तेजा सिंह जी होरां नूं संत बाबा अतर सिंह होरां वाली जिम्मेवारी मिली जी और 77 तो बाद संत बाबा तेजा सिंह जी होरी बहुत तीखण बुद्धि वाले संसार नूं समझण वाले बरीक बुद्धि वाले सन और बड़ी रसी हुई आत्मा सन जी ते एजुकेशन नूं उन्होंने उस समय समझ लिया सी कि निक्की जरूरत है क्योंकि लाहौर गौरमेंट कॉलेज तो बी ए करनी LLB करनी 1901 MA तक कर जानी ये छोटियां गल्लां नहीं सन अपने आप विच ते संत बाबा अतर सिंह जी होरां ने पढ़िया लिखिया मुंडा वेख्या और गुण भी वेखे और ये भी वेख्या बड़ी टिकाऊ अवस्था वाला इंसान है और ये भी दस्या कि संसार कित्थे वसदा है जी और संसार की की हालत है असी किवें जूझ सकते हैं तो जूण के की साधन होने चाहिए क्योंकि एजुकेशन दे विच ते इत्थों तक पछड़े हुए से संस्था ही नहीं सन है नहीं सी कुछ नहीं सी 20-25 50-50 किलोमीटर तक लोगों नूं पैदल पढ़न जाना पैंदा सी पर उस वेले जिहड़े बच्चे पढ़े ना उन्हां विच पहले सन इंसान पगड़ीधारी
ਜਿਨ੍ਹਾਂ ਨੇ ਆਣ ਕੇ ਕੈਂਬਰਿਜ ਵਿੱਚ ਅਤੇ ਹਾਰਵਰਡ ਯੂਨੀਵਰਸਿਟੀ ਅਮੈਰੀਕਾ ਵਿੱਚ ਕੈਂਬਰਿਜ ਯੂਕੇ ਵਿੱਚ ਜਾ ਕੇ ਪੜ੍ਹਾਈ ਲਈ, ਬਾਬਾ ਅਸਲ ਵਿੱਚ ਇਹ ਪੜ੍ਹਾਈ ਲਈ ਭੇਜਿਆ ਸੰਤ ਬਾਬਾ ਅਤਰ ਸਿੰਘ ਮਸਤੂਵਾੜ ਵਾਲਿਆਂ ਨੇ ਕਿ ਤੁਸੀਂ ਭਾਈ ਪੜ੍ਹਨਾ ਵੀ ਹੈ ਅਤੇ ਪੜ੍ਹ ਕੇ ਸਮਾਜ ਨੂੰ ਵੀ ਜਾਗਰਤ ਕਰਨਾ, ਸਮਾਜ ਸਾਡਾ ਬੜਾ ਪਛੜਿਆ ਹੋਇਆ, ਇਹ ਕਾਰਜ ਉਹਨਾਂ ਨੇ ਕੀਤੇ। ਬਟ ਜਦੋਂ ਅਸੀਂ ਸੰਤ ਅਤਰ ਸਿੰਘ ਉਹਨਾਂ ਦੀ ਗੱਲ ਕਰਦੇ ਹਾਂ, ਆਪ ਉਹਨਾਂ ਨੇ ਸਕੂਲੀ ਵਿੱਦਿਆ ਬਹੁਤ ਘੱਟ ਲਈ ਸੀ ਕਿਉਂਕਿ ਉਦੋਂ ਪ੍ਰਬੰਧ ਵੀ ਨਹੀਂ ਸੀ ਇਹੋ ਜਿਹੇ, ਪਰ ਸੰਤ ਤੇਜਾ ਸਿੰਘ ਨੂੰ ਚੁਣਨਾ ਜਾਂ ਅਕਾਲ ਡਿਗਰੀ ਕਾਲਜ ਮਸਤੂਵਾੜਾ ਸਾਹਿਬ ਬਣਾਉਣਾ ਜਾਂ ਹੋਰ ਸੰਸਥਾਵਾਂ, ਅੱਜ ਬੜੂ ਸਾਹਿਬ ਵਰਗੀਆਂ ਸੰਸਥਾਵਾਂ ਚੱਲਦੀਆਂ ਨੇ 130 ਦੇ ਕਰੀਬ ਜਿਨ੍ਹਾਂ ਦੇ ਸਕੂਲ ਚੱਲ ਰਹੇ ਆ, ਯੂਨੀਵਰਸਿਟੀ ਆ ਦਮਦਮਾ ਸਾਹਿਬ ਦੇ ਵਿੱਚ। ਸੋ ਇੱਕ ਬੰਦਾ ਜਿਹੜਾ ਆਪ ਨਹੀਂ ਪੜ੍ਹਿਆ, ਉਹਨਾਂ ਨੂੰ ਉਹ ਚਾਂਸ ਨਹੀਂ ਮਿਲਿਆ, ਅਤੇ ਦੂਸਰੇ ਪਾਸੇ ਜੇ ਸਰਕਾਰੀ ਦੁਆਰੇ ਦੇਖੀਏ ਕਿ ਅੰਗਰੇਜ਼ਾਂ ਦਾ ਰਾਜ ਆ, ਮਹੰਤਾਂ ਦਾ ਗੁਰਦੁਆਰਿਆਂ 'ਤੇ ਕਬਜ਼ਾ, ਲੋਕਾਂ ਦੇ ਵਿੱਚ ਸਿੱਖੀ ਦੇ ਵਿੱਚ ਵੀ ਬ੍ਰਾਹਮਣਵਾਦੀ ਘੁਸਪੈਠ ਬਹੁਤ ਤੇਜ਼ੀ ਨਾਲ ਹੋ ਰਹੀ ਸੀਗੀ। ਸੋ ਉਦੋਂ ਐਜੂਕੇਸ਼ਨ ਬਾਰੇ ਇੰਨਾ ਅਵੇਅਰ ਹੋਣਾ, ਇਹਦੇ ਬਾਰੇ ਜ਼ਰੂਰ ਸੀ। ਅਤੇ ਇੱਕ ਜਿਹੜੀ ਧਾਰਨਾ ਦੀ ਗੱਲ ਮੈਂ ਕੀਤੀ ਆ ਕਿ ਧਾਰਨਾ ਦੇ ਕੀਰਤਨ 'ਤੇ ਅੱਜ ਕਿੰਤੂ ਬ੍ਰੰਤ ਹੋ ਰਹੇ, ਤੁਸੀਂ ਬੜੇ ਪਿਆਰੇ ਸਵਾਲ ਕੀਤੇ ਨੇ। ਸੰਤ ਬਾਬਾ ਤੇਜਾ ਸਿੰਘ ਜੀ ਹੋਰਾਂ ਤੋਂ ਪਹਿਲੇ ਜੀ ਸੰਤ ਬਾਬਾ ਅਤਰ ਸਿੰਘ ਮਸਤੂਵਾੜਾ, ਤੁਸੀਂ ਕਿਹਾ ਸੀ ਐਜੂਕੇਸ਼ਨ ਨਹੀਂ ਸੀ, ਐਜੂਕੇਸ਼ਨ ਦਾ ਅਭਾਵ ਸੀ, ਬਹੁਤਾ ਪੜ੍ਹੇ ਲਿਖੇ ਨਹੀਂ ਸਨ। ਅਸਲ ਵਿੱਚ ਨਾ ਜੀ, ਆਹ ਜਿਹੜੀ ਦੁਨਿਆਵੀ ਐਜੂਕੇਸ਼ਨ ਹੈ ਜੀ, ਇਹਦਾ ਰੋਜ਼ੀ ਰੋਟੀ ਨਾਲ ਬਹੁਤਾ ਸੰਬੰਧ ਹੈ। ਬਿਲਕੁਲ ਜੀ, ਕਿ ਬਹੁਤੇ ਮੈਂ ਵੇਖਦਾ ਕਿ ਜਿਹੜੇ ਐਜੂਕੇਸ਼ਨਿਸਟ ਨੇ, ਜੇ ਤੁਸੀਂ ਕਹੋਗੇ ਉਹਨਾਂ ਦੇ ਘਰਾਂ ਵਿੱਚ ਸ਼ਾਂਤੀ ਹੋਏਗੀ, ਕਦੇ ਸੋਚਿਆ ਵੀ ਨਹੀਂ ਜਾ ਸਕਦਾ। ਮੈਂ ਬਹੁਤ ਪੜ੍ਹੇ ਲਿਖੇ ਪਰਿਵਾਰਾਂ ਵਿੱਚ ਵੀ ਵੇਖਿਆ, ਉੱਥੇ ਵੀ ਅਸ਼ਾਂਤੀ ਵਰਤਦੀ ਹੈ। ਮੈਂ ਇਹ ਵੀ ਵੇਖਿਆ ਕਿ ਬਜ਼ੁਰਗ ਅਨਪੜ੍ਹ ਨੇ ਪਿੰਡਾਂ ਥਾਵਾਂ 'ਤੇ ਜੀ, ਜਿਸ 'ਚ 6 ਪੁੱਤਰ ਨੇ ਜੀ, 4 ਪੁੱਤਰ ਨੇ, ਬੜੇ ਆਨੰਦ ਅਵਸਥਾ ਵਿੱਚ ਰਹਿੰਦੇ ਨੇ, ਜੁਆਇੰਟ ਫੈਮਿਲੀ 'ਚ ਰਹਿੰਦੇ ਨੇ। ਬਿਲਕੁਲ, ਕਿਉਂਕਿ ਐਡਮਿਨਿਸਟ੍ਰੇਸ਼ਨ ਦਾ ਢੰਗ ਜਿਹੜਾ ਨਾ ਜੀ, ਇਹ ਕੋਈ ਬਹੁਤਾ ਇਹ ਨਹੀਂ ਵੀ ਐਜੂਕੇਸ਼ਨ ਪੋਲਿਸ਼ ਤਾਂ ਕਰ ਦਿੰਦਾ ਮਨੁੱਖ ਨੂੰ ਜੀ, ਇਹ ਸਿਖਾ ਦਿੰਦਾ ਐਟੀਕੇਟਸ ਵਗੈਰਾ ਵਧੀਆ, ਐਜੂਕੇਸ਼ਨ ਇਹ ਸਿਖਾ ਦਿੰਦੀ ਹੈ। ਪਰ ਜੇ ਤੁਸੀਂ ਕਹੋਗੇ ਕਿ ਆਤਮਕ ਆਨੰਦ ਲੈਣਾ ਜਾਂ ਵਧੀਆ ਪ੍ਰਬੰਧਕ ਹੋਣਾ ਜਾਂ ਸੰਸਾਰ ਬਾਰੇ ਜਾਣਨਾ, ਇਹ ਕੋਈ ਪੜ੍ਹਿਆ ਲਿਖਿਆ ਜਾਣ ਸਕਦਾ, ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਕਿੰਨਾ ਪੜ੍ਹਿਆ ਸੀ। ਬਿਲਕੁਲ ਜੀ, ਠੀਕ ਹੈ ਨਾ ਜੀ, ਤੁਸੀਂ ਤੁਹਾਨੂੰ ਪਤਾ ਹੀ ਅਕਬਰ ਕਿੰਨਾ ਪੜਿਆ ਹੋਇਆ ਸੀ। ਇਹ ਗੱਲ ਨਹੀਂ ਹੈ, ਮੈਂ ਤੁਹਾਨੂੰ ਆਤਮਕ ਆਨੰਦ ਵਾਲੇ ਮਨੁੱਖਾਂ ਦੀ ਗੱਲ ਹੀ ਵੱਖਰੀ ਹੁੰਦੀ ਹੈ। ਜਿਹੜੀ ਤੁਸੀਂ ਧਾਰਨਾ ਵਾਲੇ ਕੀਰਤਨ ਦੀ ਗੱਲ ਕੀਤੀ ਹੈ ਨਾ ਜੀ, ਅਸਲ ਵਿੱਚ ਗੁਰਬਾਣੀ ਪ੍ਰਤੀ ਜਿਹੜਾ ਨਿਸ਼ਚਾ ਅਤੇ ਸਿੱਖ ਸੰਗਤ ਦਾ ਸੀ, ਉਦੋਂ ਵੀ ਸੀ ਜੀ, ਅਤੇ ਨਿਸ਼ਚਾ ਹੁਣ ਵੀ ਹੈ। ਬਿਲਕੁਲ, ਪਰ ਸਧਾਰਨ ਬੁੱਧੀ ਵਾਲਾ ਧਾਰਨਾ ਵਾਲੇ ਕੀਰਤਨ ਦੀ ਪਕੜ ਬੜੀ ਛੇਤੀ ਕਰਦਾ। ਬਿਲਕੁਲ ਜੀ, ਸਧਾਰਨ ਬੁੱਧੀ ਵਾਲਾ ਜੀ, ਜੇ ਤੁਸੀਂ ਕਹੋਗੇ ਨਾ ਆਮ ਜਨਤਾ ਤੱਕ ਗੱਲ ਕਰਨੀ, ਹਾਂਜੀ, ਗੁਰਬਾਣੀ ਦੀ ਕਥਾ ਨੂੰ ਕਈ ਵਾਰੀ ਇਸ ਤਰ੍ਹਾਂ ਦੇ ਜਿਹੜੇ ਵਿਦਵਾਨ ਨੇ ਕਥਾਵਾਚਕ, ਕਈ ਵਾਰੀ ਸਿਰ ਦੇ ਉੱਤੋਂ ਦੀ ਗੱਲ ਨਿਕਲ ਜਾਂਦੀ ਹੈ, ਸਮਝ ਨਹੀਂ ਲੱਗਦੀ ਵੀ ਕੀ ਕਹਿ ਗਏ ਨੇ। ਬਿਲਕੁਲ, ਫਿਲਾਸਫੀ ਹੈ ਨਾ ਜੀ, ਪਰ ਜੇ ਉਸ ਫਿਲਾਸਫੀ ਨੂੰ ਸਧਾਰਨ ਬੁੱਧੀ ਵਾਲੇ ਲੋਕਾਂ ਤੱਕ ਪਹੁੰਚਾਉਣਾ ਸੀ, ਉਹ ਸੰਤ ਬਾਬਾ ਅਤਰ ਸਿੰਘ ਮਸਤੂਵਾੜੇ ਵਾਲਿਆਂ ਦੀ ਸੋਚ ਸੀ। ਬਿਲਕੁਲ ਜੀ, ਬੜੀ ਵੱਡੀ ਸੋਚ ਸੀ ਜੀ, ਗੁਰਬਾਣੀ ਦੀ ਵਿਆਖਿਆ ਵੀ ਕਰਨੀ ਜੀ, ਗੁਰਬਾਣੀ ਨੂੰ ਸਮਝਾਉਣਾ ਵੀ ਜੀ, ਇਤਿਹਾਸ ਵੀ ਲੋਕਾਂ ਤੱਕ ਸੰਚਾਰ ਕਰਨਾ, ਇਤਿਹਾਸ ਦਾ ਵੀ ਮਨੁੱਖ ਹਰ ਮਨੁੱਖ ਤੱਕ, ਹਰ ਸਿੱਖ ਤੱਕ ਜਾਗਰਤ ਵੀ ਕਰਨਾ, ਉਸ ਵੇਲੇ ਦੀ ਬੜੀ ਵੱਡੀ ਲੋੜ ਸੀ। ਜੇ ਧਾਰਨਾ ਵਾਲਾ ਕੀਰਤਨ ਉਸ ਵੇਲੇ ਨਾ ਕਰਦੇ ਜੀ, ਕਿਉਂਕਿ ਹੋਰ ਕੋਈ ਸਾਧਨ ਨਹੀਂ ਸਨ, ਅਤੇ ਉਹ ਇੱਕੋ ਇੱਕ ਸਾਧਨ ਸੀ ਲੋਕਾਂ ਨੂੰ ਜਾਗਰਤ ਕਰਨ ਦਾ, ਅਤੇ ਉਹ ਜਿਹੜੇ ਦੀਵਾਨ ਉਹਨਾਂ ਨੇ ਸਾਰੇ ਪੰਜਾਬ ਵਿੱਚ ਅਤੇ ਪਾਕਿਸਤਾਨ ਵਾਲਾ ਪੰਜਾਬ ਅਤੇ ਪੰਜਾਬ, ਕਿਉਂਕਿ ਸ਼ੇਰੇ ਪੰਜਾਬ ਦਾ ਜਿਹੜਾ ਪੰਜਾਬ ਸੀ ਨਾ, ਉਹ ਤਾਂ ਤਿੱਬਤ ਤੋਂ ਲੈ ਕੇ ਸਿੰਧ ਤੱਕ ਜੀ, ਔਰ ਅਫਗਾਨਿਸਤਾਨ ਤੋਂ ਲੈ ਕੇ ਸਤਲੁਜ ਤੱਕ ਜੀ, ਐਡਾ ਵੱਡਾ ਪੰਜਾਬ ਸੀ ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ, ਸਿੱਖ ਰਾਜ ਦਾ ਜੀ, ਵੀ ਜੇ ਇਹ ਡਿਊਟੀਆਂ ਬੜੀਆਂ ਵੱਡੀਆਂ ਸਨ ਉਦੋਂ, ਕਿਉਂਕਿ ਸਾਂਝਾ ਪੰਜਾਬ ਸੀ। ਬਿਲਕੁਲ, ਅਤੇ ਸਾਂਝੇ ਪੰਜਾਬ ਵਿੱਚ ਜਿਹੜਾ ਕਾਰਜ ਸੰਤ ਬਾਬਾ ਅਤਰ ਸਿੰਘ ਮਸਤੂਵਾੜਾ ਵਾਲਿਆਂ ਨੇ ਕੀਤਾ, ਦੇਖੋ ਮੋਟਰ ਗੱਡੀਆਂ ਦੇ ਸਾਧਨ ਨਹੀਂ ਸਨ, ਨਹੀਂ ਸੀ ਇਹ, ਕਾਰਾਂ ਦੇ ਸਾਧਨ ਨਹੀਂ ਸਨ। ਅਸੀਂ ਹੁਣ ਤਾਂ ਇਹ ਕਹਿੰਦੇ ਨਾ ਕਿ ਇਹ ਗੱਡੀਆਂ 'ਚ ਫਿਰਦੇ ਨੇ ਜੀ, ਅਸਲ ਅਤੇ ਨਕਲ ਦਾ ਰੌਲਾ ਪੈ ਰਿਹਾ ਕਿ ਅਸਲ, ਮੈਂ ਤਾਂ ਸੰਤ ਦੀ ਪਰਿਭਾਸ਼ਾ ਹੀ ਉਹ ਤੁਹਾਨੂੰ ਦਿੱਤੀ ਹੈ ਵੀ ਜਿਹੜਾ ਮਨੁੱਖ ਨਾ ਕਾਰਜ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੇ ਦਿੱਤੇ ਨੇ ਉਹਨਾਂ ਕਾਰਜਾਂ ਦੀ ਲੋਕਾਂ ਦੀ ਸੇਵਾ ਕਰਦਾ ਹੈ, ਮਨੁੱਖਤਾ ਲਈ ਜਿਉਂਦਾ ਹੈ, ਮਨੁੱਖਤਾ ਲਈ ਐਜੂਕੇਸ਼ਨ ਪ੍ਰਤੀ ਲੋਕਾਂ ਨੂੰ ਸੁਚੇਤ ਕਰਦਾ ਹੈ, ਲੋਕਾਂ ਨੂੰ ਦੁਨਿਆਵੀ ਐਜੂਕੇਸ਼ਨ, ਅਧਿਆਤਮਕ ਐਜੂਕੇਸ਼ਨ ਦਿੰਦਾ ਹੈ। ਅਸਲ ਵਿੱਚ ਸੰਤ ਤਾਂ ਉਹ ਹੈ ਜੀ। ਅਸਲ ਵਿੱਚ ਅਸੀਂ ਨਾ ਜਦੋਂ ਅੱਜ ਵੇਖ ਰਹੇ ਹਾਂ ਤਾਂ ਅਸਲ ਵਿੱਚ ਨਕਲ ਬਹੁਤ ਹੀ ਰਲ ਗਈ ਹੈ, ਅਤੇ ਉੱਥੇ ਫਿਰ ਬੰਦੇ ਨੂੰ ਭਰਮ ਭੁਲੇਖੇ ਖੜ੍ਹੇ ਹੋ ਜਾਂਦੇ ਨੇ, ਅਤੇ ਸੰਸਾਰ ਦੇ ਲੋਕ ਨਕਲੀ ਨੂੰ ਜਦੋਂ ਵੇਖਦੇ ਨੇ ਅਤੇ ਉਦੋਂ ਅਸਲ ਨੂੰ ਵੀ ਨਿੰਦਣਾ ਸ਼ੁਰੂ ਕਰ ਦਿੰਦੇ ਨੇ। ਗੱਲ ਹੋਰ ਕੋਈ ਬਹੁਤੀ ਨਹੀਂ ਹੈ, ਅਸਲ ਉਦੋਂ ਖਰਾਬ ਹੁੰਦਾ ਜਦੋਂ ਨਕਲ ਬਾਹਰ ਮਾਰਕੀਟ ਵਿੱਚ ਆ ਜਾਂਦੀ ਹੈ। ਬਿਲਕੁਲ, ਅਸਲ ਦੀ ਉਦੋਂ ਕੀਮਤ ਨਹੀਂ ਰਹਿੰਦੀ ਜਦੋਂ ਨਕਲ ਮਾਰਕੀਟ ਵਿੱਚ ਆ ਜਾਂਦੀ ਹੈ। ਅਤੇ ਅਸਲ ਵਿੱਚ ਸਿੱਖ ਜਗਤ ਵਿੱਚ ਨਾ
ਪੈਸੇ ਦੀ ਬਹੁਤਾਤ ਹੋ ਗਈ ਸਾਡਾ ਰਹਿਣ ਸਹਿਣ ਉਦੋਂ ਤਾਂ ਜਿਹੜੀ ਸੰਤ ਦੀ ਪਰਿਭਾਸ਼ਾ ਸੀ ਲੋਕ ਨਿਰਮਲੇ ਅਤੇ ਉਦਾਸੀ ਪਿੰਡਾਂ 'ਚ ਪ੍ਰਚਾਰ ਕਰਦੇ ਸਨ ਕੋਈ ਵੀ ਨਹੀਂ ਸਨ ਜੀ ਕਿਉਂ ਨਿਰਮਲੇ ਅਤੇ ਉਦਾਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਪਰਿਵਾਰਾਂ ਨੂੰ ਉਤਾਂਹ ਚੱਕਣ ਦੀ ਖਾਤਰ ਕਿਉਂਕਿ ਉਹ ਪ੍ਰਬੰਧਕ ਸਨ ਉਹਨਾਂ ਨੂੰ ਜਾਇਦਾਦ ਦਿੱਤੀ ਬਹੁਤੀ ਜੀ ਜ਼ਮੀਨਾਂ ਦੇ ਦਿੱਤੀਆਂ ਕਿਉਂਕਿ ਤੁਸੀਂ ਉਹਨਾਂ ਨੂੰ ਦੇਖਿਆ ਵੀ ਇਹ ਨਿਰਮਲੇ ਪ੍ਰਚਾਰ ਕਰਦੇ ਨੇ ਉਦਾਸੀ ਪ੍ਰਚਾਰ ਕਰਦੇ ਨੇ ਸੇਵਾ ਪੰਥੀ ਪ੍ਰਚਾਰ ਕਰਦੇ ਨੇ ਨਿਹੰਗ ਸਿੰਘ ਜਥੇਬੰਦੀਆਂ ਪ੍ਰਚਾਰ ਕਰਦੀਆਂ ਉਹਨਾਂ ਨੂੰ ਉਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰੀ ਜਾਇਦਾਦ ਜਿਹੜੀ ਸੀ ਨਾ ਉਹ ਦੇਣੀ ਸ਼ੁਰੂ ਕਰ ਦਿੱਤੀ ਹੈ ਔਰ ਜਦੋਂ ਜਾਇਦਾਦ ਦਿੰਦੀ ਹੈ ਅਤੇ ਜਦੋਂ ਜਾਇਦਾਦ ਕੋਲ ਆਉਂਦੀ ਹੈ ਤਾਂ ਉਦੋਂ ਤੁਹਾਨੂੰ ਪਤਾ ਹੀ ਹੈ ਕਿ ਪਰਿਵਾਰ ਖਰਾਬੀ ਵੱਲੋਂ ਲੋਕ ਤੁਰ ਪੈਂਦੇ ਨੇ ਬੱਚੇ ਕਹਿੰਦੇ ਨੇ ਕਿ ਮੁਫਤ ਦੀ ਆਮਦਨ ਆ ਰਹੀ ਹੈ ਇਸ ਕਰਕੇ ਸਾਡਾ ਪ੍ਰਬੰਧ ਜਿਹੜਾ ਉਹ ਮਹੰਤਾ ਵਾਲਾ ਜਿਹੜਾ ਪ੍ਰਬੰਧ ਸੀ ਖਰਾਬ ਹੋ ਗਿਆ ਕਿਉਂਕਿ ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਕੇਵਲ ਇਹ ਸ਼ਖਸੀਅਤਾਂ ਕਰਦੀਆਂ ਸਨ ਉਹ ਬਹੁਤ ਸਾਰੀਆਂ ਅੱਛੇ ਵਿਅਕਤੀ ਵੀ ਸਨ ਉਹਨਾਂ ਵਿੱਚ ਨਾ ਠੀਕ ਹੈ ਤੁਸੀਂ ਇਤਿਹਾਸ ਨੂੰ ਬਚੋਗੇ ਬਹੁਤ ਸਾਰੇ ਅੱਛੇ ਵਿਅਕਤੀ ਵੀ ਸਨ ਜਿਹਨਾਂ ਨੇ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਮੈਨੂੰ ਇੱਕ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਚਾਹੁੰਦਾ ਇਹਦੇ ਵਿੱਚ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਇੱਕ ਬਾਬਾ ਨਿਹਾਲ ਸਿੰਘ ਜੀ ਦੇ ਨਾਂ ਦੇ ਮੰਤ ਸਨ ਜਿਹੜੇ ਪ੍ਰਬੰਧ ਕਰਦੇ ਸਨ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਅੱਛਾ ਨਿਰਮਲੇ ਸਨ ਉਦੋਂ ਜਿਹੜੇ ਨਿਸ਼ਾਨ ਸਾਹਿਬ ਹੁਣ ਝੁਲਦੇ ਨੇ ਨਾ ਸਾਡੇ ਪੰਥ ਦੇ ਜੀ ਇਹ ਨਿਸ਼ਾਨ ਸਾਹਿਬ ਤੁਸੀਂ ਵੇਖੋਗੇ ਕਿ ਅੱਜ ਬਹੁਤੇ ਸਟੀਲ ਦੇ ਨੇ ਲੋਹੇ ਦੇ ਨੇ ਹਾਂਜੀ ਪਰ ਉਦੋਂ ਲੋਹਾ ਯਾਦ ਨਹੀਂ ਸੀ ਹੋਇਆ ਲੱਕੜ ਦੇ ਹੁੰਦੇ ਸਨ ਅਤੇ ਬਹੁਤੇ ਲੰਬੇ ਨਹੀਂ ਸਨ ਹੁੰਦੇ ਅਤੇ ਬਾਬਾ ਨਿਹਾਲ ਸਿੰਘ ਦੇ ਰਹਿਣ ਵਾਲੇ ਲੋਕ ਜਿਹੜੇ ਤਖ਼ਤ ਦਮਦਮ ਸਾਹਿਬ ਦਾ ਪ੍ਰਬੰਧਕ ਸਨ ਉਹਨਾਂ ਨੇ ਕਿਹਾ ਅਜੇ SGPC ਹੋਂਦ ਵਿੱਚ ਨਹੀਂ ਸੀ ਆਈ ਜੀ ਅਜੇ ਦਮਦਮਾ ਸਾਹਿਬ ਨੂੰ ਤਖ਼ਤ ਦਾ ਦਰਜਾ ਵੀ ਨਹੀਂ ਸੀ ਮਿਲਿਆ ਨਹੀਂ ਸੀ ਮਿਲਿਆ ਚਾਰ ਤਖ਼ਤ ਸਨ ਪੰਥ ਦੇ ਅਤੇ ਉਹ ਕੁਛ ਲੋਕ ਇਕੱਠੇ ਹੋ ਗਏ ਜੀ ਇਕੱਠੇ ਹੋ ਕੇ ਕਹਿਣ ਲੱਗੇ ਬਾਬਾ ਜੀ ਆਪਾਂ ਇਹ ਲੱਕੜ ਜਿਹੜੀ ਹੈ ਹੁਣ ਗੱਲ ਚੁੱਕੀ ਹੈ ਖੱਦੀ ਹੋ ਜਾਂਦੀ ਲੱਕੜ ਸਮੇਂ ਦੇ ਨਾਲ ਹਾਂਜੀ ਆਪਾਂ ਕਿਉਂ ਨਾ ਜਿਹੜਾ ਨਿਸ਼ਾਨ ਸਾਹਿਬ ਹੈ ਇਹ ਬਦਲ ਦਈਏ ਅਤੇ ਮੈਂ ਇਹ ਗੱਲ ਨੂੰ ਸੰਖੇਪ ਕਰਾਂ ਬਾਬਾ ਜੀ ਕਹਿੰਦੇ ਵੀ ਜੇ ਲੱਕੜ ਮਿਲਣੀ ਆ ਅਤੇ ਸਾਲ ਦੀ ਲੱਕੜ ਮਿਲਣੀ ਆ ਅਤੇ ਦੇਹਰਾਦੂਨ ਤੋਂ ਮਿਲਣੀ ਆ ਕੋਈ ਲੰਬਾ ਦਰਖਤ ਲਿਆ ਉਹਨੇ ਜਾ ਕੇ ਪੈਦਲ ਯਾਤਰਾ ਸ਼ੁਰੂ ਕਰ ਦਿੱਤੀ ਅੱਛਾ 30-40 ਸੱਜਣ ਨਾਲ ਲਏ ਦੇਹਰਾਦੂਨ ਚਲੇ ਗਏ ਇੱਕ ਲੱਕੜ ਕੱਟੀ ਉੱਥੇ ਜਦੋਂ ਲੱਕੜ ਕੱਟੀ ਆ ਅਤੇ ਰਾਮ ਰਾਏ ਦਾ ਸਥਾਨ ਹੈ ਅੱਛਾ ਜੀ ਜਿਹਨਾਂ ਨਾਲ ਸਾਨੂੰ ਮਿਲਣ ਦੀ ਹਦਾਇਤ ਨਹੀਂ ਹੈ ਹਾਂਜੀ ਅਤੇ ਰਾਮ ਰਾਈਆਂ ਦੇ ਅਸਥਾਨ 'ਤੇ ਗਏ ਅਤੇ ਉਹਨਾਂ ਨੇ ਬੜੀ ਸੇਵਾ ਕੀਤੀ ਵੀ ਕੋਈ ਵਧੀਆ ਪੁਰਸ਼ ਆਏ ਨੇ ਭਜਨੀਕ ਨੇ ਤਖ਼ਤ ਸਾਹਿਬ ਦੇ ਪ੍ਰਬੰਧਕ ਨੇ ਦਮਦਮਾ ਸਾਹਿਬ ਦੇ ਅਤੇ ਸਾਹਿਬ ਕਮਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਦਾ ਅਸਥਾਨ ਹੈ ਬੜਾ ਲੰਗਰ ਪਾਣੀ ਛਕਾਇਆ ਥੱਕੇ ਟੁੱਟੇ ਸੀ ਗਰਮ ਪਾਣੀ ਨਾਲ ਇਸ਼ਨਾਨ ਕਰਵਾਏ ਪ੍ਰਸ਼ਾਦਾ ਪਾਣੀ ਫਿਰ ਸਵੇਰੇ ਜੰਗਲ ਵਿੱਚ ਲੈ ਗਏ ਕਹਿੰਦੇ ਜਿਹੜੀ ਲੱਕੜ ਪਸੰਦ ਹੈ ਉਹਨੂੰ ਕੱਟ ਲਓ ਕੱਟ ਲਈ ਮੋਢਿਆਂ 'ਤੇ ਚੁੱਕ ਲਈ ਚੁੱਕ ਕੇ ਪੈਦਲ ਯਾਤਰਾ ਫਿਰ ਸ਼ੁਰੂ ਕਰ ਦਿੱਤੀ ਮੋਤੀ ਬਾਗ ਆ ਗਏ ਪਟਿਆਲੇ ਲੰਬਾ ਸਫ਼ਰ ਤੈਅ ਕਰਕੇ ਦੇਹਰਾਦੂਨ ਤੋਂ ਉੱਥੋਂ ਮਹਾਰਾਜ ਜੀ ਨੇ ਕਿਹਾ ਭਾਈ ਤੁਸੀਂ ਆਏ ਹੋ ਇਹ ਦਮਦਮਾ ਸਾਹਿਬ ਦੀ ਸੇਵਾ ਹੈ ਸਾਡੇ ਪਰਿਵਾਰ ਨੂੰ ਦੇ ਦਿਓ ਇਹ ਹੁਣ ਲੱਕੜ ਨੂੰ ਤੁਸੀਂ ਨਾਲ ਪੈਦਲ ਚੱਲ ਜਾਓ ਮੈਂ ਅਸੀਂ ਪ੍ਰਬੰਧ ਕਰਕੇ ਲੱਕੜ ਨੂੰ ਦਮਦਮਾ ਸਾਹਿਬ ਪਜਾ ਦਿੰਦੇ ਹਾਂ ਜਦੋਂ ਨਿਸ਼ਾਨ ਸਾਹਿਬ ਚੜ੍ਹਨਾ ਸ਼ੁਰੂ ਹੋਇਆ ਅਤੇ ਉਸ ਵੇਲੇ ਸਾਰੇ ਪ੍ਰਬੰਧਕਾਂ ਨੇ ਬੜਾ ਵਧੀਆ ਚੋਲਾ ਤਿਆਰ ਕੀਤਾ ਨਿਸ਼ਾਨ ਸਾਹਿਬ ਦਾ ਸੰਗਤ ਇਕੱਠੀ ਹੋ ਗਈ ਬੜੀ ਵੱਡੀ ਪੱਧਰ 'ਤੇ ਤਾਂ ਵੱਡਾ ਸਥਾਨ ਸੀ ਜਦੋਂ ਉਹਨਾਂ ਉਹ ਲੱਗੇ ਅਤੇ ਉਸ ਵੇਲੇ ਵੇਖਿਆ ਕਿ ਬਾਬਾ ਨਿਹਾਲ ਸਿੰਘ ਵਿੱਚ ਨਹੀਂ ਸੀ ਸਨ ਸੰਗਤ ਦੇ ਅੱਛਾ ਜੀ ਕਿਸੇ ਨੇ ਪੁੱਛਿਆ ਤੁਹਾਡੇ ਵਰਗੇ ਸੱਜਣ ਨੇ ਸਮਰਾ ਸਾਹਿਬ ਵੀ ਉਹ ਆਪ ਤਾਂ ਲੱਕੜ ਲੈ ਕੇ ਆਏ ਅਤੇ ਗਏ ਕਿੱਥੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਤਾਂ ਕਹਿੰਦੇ ਜੀ ਉਹ ਤਾਂ ਜੋੜੇ ਖਾਨੇ ਵਿੱਚ ਜੋੜੇ ਸਾਫ਼ ਕਰਦੇ ਪਏ ਜਦੋਂ ਬਾਬਾ ਨਿਹਾਲ ਸਿੰਘ ਨੂੰ ਲੱਭ ਕੇ ਲੈ ਕੇ ਆਏ ਨਾ ਵੀ ਕਿੱਥੇ ਆ ਪ੍ਰਬੰਧਕ ਜੀ ਅਤੇ ਉਹਨਾਂ ਨੇ ਕਿਹਾ ਜੀ ਮੈਂ ਇੱਕ ਅਵਗਿਆ ਕਰ ਬੈਠਾ ਅਣਜਾਣੇ ਵਿੱਚ ਕਰ ਲਈ ਜੀ ਜਾਂ ਮੈਨੂੰ ਜਾਂ ਪਤਾ ਨਹੀਂ ਲੱਗ ਸਕਿਆ ਮੈਂ ਤੁਹਾਨੂੰ ਰਾਮ ਰਾਈਆਂ ਦੇ ਸਥਾਨ 'ਤੇ ਲੈ ਗਿਆ ਜਿਹਨਾਂ ਦੇ ਨਾਲ ਸਾਨੂੰ ਮਿਲਣ ਦੀ ਹਦਾਇਤ ਨਹੀਂ ਹੈ ਪਹਿਲੇ ਪੰਜ ਪਿਆਰੇ ਲਿਆਓ ਜੀ ਮੇਰੇ ਲਈ ਸਜ਼ਾ ਨਿਸ਼ਚਿਤ ਕਰੋ ਮੈਂ ਪੰਜ ਪਿਆਰਿਆਂ ਅੱਗੇ ਪੇਸ਼ ਆਵਾਂਗਾ ਕਿਉਂ ਬਾਤ ਔਰ ਜਿਹੜੀ ਸਜ਼ਾ ਤੁਸੀਂ ਮਿਲਾਓਗੇ ਉਸਨੂੰ ਮੈਂ ਪ੍ਰਵਾਨ ਕਰਾਂਗਾ ਕਿਉਂ ਬਾਤ ਪੰਜ ਪਿਆਰਿਆਂ ਨੇ ਜਪਜੀ ਸਾਹਿਬ ਦੇ ਕੁਛ ਪਾਠਾਂ ਦੀ ਸਜ਼ਾ ਲਾਈ ਜੀ ਹੱਥ ਜੋੜ ਕੇ ਫੇਖ ਲੋ ਗਏ ਸਾਹਿਬ ਕਮਾਲ ਕਲਗੀਧਰ ਪਾਤਸ਼ਾਹ ਦਾ ਬੜਾ ਪਵਿੱਤਰ ਸਥਾਨ ਹੈ ਮੈਂ ਅਵਗਿਆ ਵੱਡੀ ਕੀਤੀ ਹੈ ਅੱਛਾ ਮੈਂ ਅਵਗਿਆ ਵੱਡੀ ਕੀਤੀ ਹੈ ਸਜ਼ਾ ਮੇਰੀ ਛੋਟੀ ਹੈ ਮੈਨੂੰ ਵੱਡੀ ਸਜ਼ਾ ਲਾਓ ਕਿਆ ਬਾਤ ਕੋਈ ਅਕਾਲ ਤਖ਼ਤ ਸਾਹਿਬ ਵੱਲੋਂ ਅੱਜ ਤਾਂ ਅਸੀਂ ਜਦੋਂ ਖਿੱਚ ਕੇ ਲੈ ਜਾਂਦੇ ਲੋਕ ਫਿਰ ਨਹੀਂ ਜਾਂਦੇ ਅਸੀਂ ਵੇਖਦੇ ਹਾਂ ਸਿੱਖ ਸਿਧਾਂਤਾਂ ਦਾ ਕਿਵੇਂ ਅਸੀਂ ਖਲਵਾੜ ਕਰਦੇ ਹਾਂ ਪਰ ਮੈਂ ਵੇਖਿਆ ਕਿ ਉਹ ਲੋਕ ਜਿਹੜੇ ਸਮਝਦਾਰ ਸਨ ਨਾ ਜੀ ਕਹਿੰਦੇ ਮੈਂ ਸਧਾਰਨ ਤੌਰ 'ਤੇ ਜਾਣੇ ਅਣਜਾਣੇ ਵਿੱਚ ਗਲਤੀ ਕਰ ਬੈਠਾ ਮੈਨੂੰ ਨਹੀਂ ਸੀ ਪਤਾ ਪਰ ਮੈਂ ਜਦੋਂ ਨਾ ਫਿਰ ਉਹਨਾਂ ਨੇ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋਏ ਫਿਰ ਕਹਿੰਦੇ ਹੁਣ ਮੈਂ ਨਿਸ਼ਾਨ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹਾਂ ਇਹ ਸੀ ਜੀਵਨ ਜੀ
ਅਸਲ ਵਿੱਚ ਇਦਾਂ ਦੇ ਜੀਵਨ ਵਾਲੇ ਲੋਕ ਵੀ ਸਨ ਉਦੋਂ। ਕੋਈ ਐਸੀ ਗੱਲ ਨਹੀਂ ਸੀ ਕਿ ਸਾਰੇ ਅਸੀਂ ਇੱਕੋ ਰੱਸੇ ਬੰਨੇ ਹੋਏ ਆ। ਇਹ ਅਸਲ ਵਿੱਚ ਇਤਿਹਾਸ ਦੀਆਂ ਪਰਤਾਂ ਨੂੰ ਜਦੋਂ ਤੁਸੀਂ ਫੋਲੋਗੇ ਨਾ ਤੇ ਫਿਰ ਵਿੱਚੋਂ ਬਹੁਤ ਕੁਛ ਨਿਕਲੇਗਾ। ਅਸੀਂ ਉਹ ਮਹੰਤ ਨਰੈਣੂ ਦੇ ਨਾਲ ਲਾ ਕੇ ਲੋਕਾਂ ਨੂੰ ਬਦਨਾਮ ਕਰਨ ਦੀ ਖਾਤਰ ਚੰਗੀਆਂ ਰੂਹਾਂ ਨੂੰ ਵੀ ਬਦਨਾਮ ਕਰ ਦਿੱਤਾ। ਬਿਲਕੁਲ ਜੀ, ਬਹੁਤ ਸਾਰੇ ਮਹੰਤ ਜਦੋਂ ਅਸੀਂ ਪੜ੍ਹਦੇ ਹਾਂ ਪੰਜਾਬ ਸਾਹਿਬ ਦਾ ਇਤਿਹਾਸ, ਜਿਹੜੇ ਉੱਥੇ ਟ੍ਰੇਨ ਦੇ ਮੂਹਰੇ ਬੈਠੇ ਸੀ ਉਹ ਵੀ ਇੱਕ ਮਹੰਤ ਸੀ। ਹਾਂ ਬਿਲਕੁਲ ਜੀ, ਗ੍ਰੰਥ ਸਿੰਘ ਸੀ ਉੱਥੇ, ਬਿਲਕੁਲ ਗ੍ਰੰਥ ਸਿੰਘ ਸੀ, ਮੈਨੇਜਰ ਵੀ ਸਨ ਉਹ, ਮੈਨੇਜਰ ਸੀਗੇ। ਸੋ ਸਾਰੇ ਇੱਕੋ ਜਿਹੇ ਨਹੀਂ ਜੀ। ਜਦੋਂ ਅਸੀਂ ਦੇਖਦੇ ਹਾਂ ਭਾਈ ਸਾਹਿਬ ਜੀ ਕਿ ਵਿੱਦਿਆ ਦੇ ਖੇਤਰ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ, ਸੰਤ ਤੇਜਾ ਸਿੰਘ ਨੂੰ ਲੱਭਣਾ, ਉਹਨਾਂ ਨੂੰ ਬਾਹਰਲੇ ਮੁਲਕਾਂ 'ਚ ਪੜ੍ਹਨ ਲਈ ਭੇਜਣਾ, ਜਾਂ ਅਕਾਲ ਡਿਗਰੀ ਕਾਲਜ ਜਾਂ ਹਿੰਦੂ ਯੂਨੀਵਰਸਿਟੀ ਦੀ ਨੀਂਹ ਪੱਥਰ ਰੱਖਣ ਦੀ ਗੱਲ ਆਉਂਦੀ ਆ। ਇੱਕ ਸ਼ਖਸੀਅਤ ਦਾ ਇਸ ਲੈਵਲ 'ਤੇ ਪਹੁੰਚ ਜਾਣਾ ਕਿ ਅੰਗਰੇਜ਼ਾਂ ਨੇ ਵੀ ਜੇ ਕੋਈ ਯੂਨੀਵਰਸਿਟੀ ਬਣਾਉਣੀ ਹੈ ਉਹਦਾ ਨੀਂਹ ਪੱਥਰ ਰੱਖਣਾ ਤਾਂ ਸੰਤ ਬਾਬਾ ਬਹਾਦਰ ਸਿੰਘ ਮਸਤੂਆਣਾ ਨੇ ਬੁਲਾਇਆ ਜਾਂਦਾ। ਸਾਡਾ ਅਸਲ ਵਿੱਚ ਇੱਕ ਦੁਖਾਂਤ ਹੈ ਜੀ ਸਿੱਖ ਕੌਮ ਦਾ, ਅਸੀਂ ਰਸੀਆਂ ਹੋਈਆਂ ਰੂਹਾਂ ਦੀ ਕਦਰ ਨਹੀਂ ਕੀਤੀ, ਨਾ ਉਹਨਾਂ ਨੂੰ ਸਮਝ ਸਕੇ। ਸੰਤ ਤੇਜਾ ਸਿੰਘ ਜੀ ਮਸਤੂਆਣੇ ਵਾਲੇ ਜਿਹੜੇ ਨੇ, ਬਾਬਾ ਬਹਾਦਰ ਸਿੰਘ ਮਸਤੂਆਣੇ ਵਾਲੇ ਦੇ ਅਨੰਦ ਸੇਵਕ ਸਨ, ਬਿਲਕੁਲ ਬੜਾ ਭਰੋਸਾ ਸੀ ਜੀ। ਉਹਨਾਂ ਨੇ ਤਿੰਨ ਚਾਰ ਗੱਲਾਂ ਕਹੀਆਂ ਸਨ ਉਹਨਾਂ ਨੂੰ। ਇੱਕ ਤਾਂ ਜਦੋਂ ਲੈਕਚਰ ਕਰਨ ਨੂੰ ਦਿਲ ਕਰੇ ਉਦੋਂ ਨਹੀਂ ਕਰਨਾ, ਜਦੋਂ ਨਾ ਕਰੇ ਤਾਂ ਉਦੋਂ ਕਰਨਾ। ਅੱਛਾ ਜੀ, ਜਦੋਂ ਨਾ ਦਿਲ ਕਰੇ ਉਦੋਂ ਕਰਨਾ, ਕਿਉਂਕਿ ਕਈ ਵਾਰ ਮਨੁੱਖ ਦੇ ਮਨ ਵਿੱਚ ਈਗੋ ਹੁੰਦੀ ਹੈ ਅਤੇ ਈਗੋ ਵਿੱਚ ਉਹ ਗੱਲਾਂ ਕਹਿ ਜਾਂਦਾ ਜਿਹਦੇ ਕੋਲੋਂ ਇਹ ਰੱਬੀ ਰੂਹਾਂ ਬੜੀਆਂ ਦੂਰ ਹੁੰਦੀਆਂ, ਕਿਉਂਕਿ ਹੰਕਾਰੀ ਵਿਰਤੀ ਮਨੁੱਖ ਨੂੰ ਦੂਰ ਲੈ ਕੇ ਜਾਂਦੀ ਹੈ ਜੀ। ਫਿਰ ਜਿੱਥੇ ਜਾਣਾ ਹੈ ਸਿੱਖ ਹੀ ਕਾਇਮ ਕਰਨੀ ਹੈ, ਅੱਛਾ, ਦਸਤਾਰ ਦੀ ਮਹਾਨਤਾ ਦੱਸਣੀ ਹੈ, ਅੰਮ੍ਰਿਤ ਸੰਚਾਰ ਕਰਨਾ ਹੈ, ਗੁਰੂ ਘਰ ਬਣਾਉਣੇ ਨੇ, ਇਹ ਗੱਲਾਂ ਕਹੀਆਂ ਸਨ। ਕਿਆ ਬਾਤ ਆ, ਗੁਰੂ ਘਰ ਬਣਾਉਣੇ ਨੇ। ਅਤੇ ਸੰਤ ਬਾਬਾ ਤੇਜਾ ਸਿੰਘ ਹੁਰੀ ਜਦੋਂ ਉਹਨਾਂ ਨੇ ਪੜ੍ਹਨ ਭੇਜਿਆ ਕੈਂਬਰਿਜ ਤੋਂ ਬਾਅਦ, ਹਾਵਰਡ ਤੋਂ ਬਾਅਦ, ਹਾਂਜੀ, ਫਿਰ ਉਹਨਾਂ ਨੇ ਡਿਊਟੀ ਲਾਈ ਕਿ ਭਾਈ ਇਹ ਬ੍ਰਿਟਿਸ਼ ਗੌਰਮੈਂਟ ਹੈ ਜੀ, ਇਹ ਸਾਨੂੰ ਤੰਗ ਕਰਦੀ ਹੈ, ਪਹਿਲਾਂ ਯਤਨ ਕਰੋ ਦਸਤਾਰ ਦੀ ਮਹਾਨਤਾ ਬਾਰੇ। ਤੁਸੀਂ ਇਕੱਲੇ ਹੋ ਜਿਹਨਾਂ ਨੇ ਕੈਂਬਰਿਜ ਵਿੱਚ ਗਏ ਜਾਂ ਹਾਵਰਡ ਵਿੱਚ ਗਏ ਜੀ, ਅਮੈਰੀਕਾ ਦੀ ਉਸ ਯੂਨੀਵਰਸਿਟੀ 'ਚ ਪੜ੍ਹ ਕੇ ਦਸਤਾਰਧਾਰੀ ਇਕੱਲਾ ਸਿੱਖ, ਬਿਲਕੁਲ, ਔਰ ਦਸਤਾਰ ਦੀ ਮਹਾਨਤਾ ਬਾਰੇ ਕੋਈ ਨਹੀਂ ਸੀ ਜਾਣਦਾ। ਅੱਜ ਫਿਰ ਸਾਡਾ ਪਹਿਚਾਣਦਾਰ ਬੜਾ ਰੌਲਾ ਪਿਆ ਹੋਇਆ ਕਿ ਸਿੱਖ ਦੀ ਪਹਿਚਾਣ ਕੀ ਹੈ। ਅਤੇ ਜਦੋਂ ਉੱਥੋਂ ਨਿਕਲੇ ਨੇ ਜੀ, ਉੱਥੋਂ ਨਿਕਲ ਕੇ ਪਹਿਲਾ ਗੁਰਦੁਆਰਾ ਸੈਂਟਰ ਲੰਡਨ ਵਿੱਚ ਸਥਾਪਿਤ ਕੀਤਾ ਜੀ, ਸੰਤ ਬਾਬਾ ਬਹਾਦਰ ਸਿੰਘ ਮਸਤੂਆਣਾ, ਉਹਨਾਂ ਦੇ ਹੁਕਮ ਮੁਤਾਬਕ, ਬਿਲਕੁਲ ਜੀ। ਸ਼ੈਫਰਡ ਬੁਸ਼ ਮੈਨੂੰ ਉਸ ਸਥਾਨ 'ਤੇ ਵੀ ਜਾਣ ਦਾ ਮੌਕਾ ਮਿਲਿਆ ਜੀ, ਔਰ ਖਾਲਸਾ ਦੀਵਾਨ ਸੁਸਾਇਟੀ ਦੀ ਇੱਕ ਉਹ ਸੁਸਾਇਟੀ ਜਿਹੜੀ ਸੀ ਉਹ ਲੋਕਾਂ ਲਈ ਔਰ ਲੋਕਾਂ ਵਿੱਚੋਂ ਚੰਗੇ ਇਨਸਾਨ ਲੱਭ ਕੇ ਉਦੋਂ ਵੀ ਉਹ ਤਿਆਰ ਕੀਤੀ ਕਿ ਭਾਈ ਤੁਸੀਂ ਇਸ ਕੰਮ ਨੂੰ ਸੰਭਾਲਣਾ ਹੈ ਜੀ। ਫਿਰ ਵਿਕਟੋਰੀਆ ਆਣ ਕੇ ਇੱਥੇ ਕੈਨੇਡਾ ਵਿੱਚ ਬੜਾ ਵੱਡਾ ਜਗ੍ਹਾ ਖਰੀਦੀ, ਅਮੈਰੀਕਾ ਵਿੱਚ ਗੁਰਦੁਆਰੇ ਦੀ ਉਸਾਰੀ ਕੀਤੀ, ਇੱਥੇ ਕੀਤੀ। ਜਦੋਂ ਇਹ ਸਾਰੀ ਉਸਾਰੀ ਹੋ ਗਈ ਅਤੇ ਫਿਰ ਨਾਲ ਉਹਨਾਂ ਨੇ ਕਿਹਾ ਸੀ ਭਾਈ ਜਿੱਥੇ ਜਾਣਾ ਅੰਮ੍ਰਿਤ ਸੰਚਾਰ ਵੀ ਕਰਨਾ ਜੀ। ਕੋਈ ਵਿਰਲਾ ਬਾਂਝਾ ਸਿੱਖ ਸੀ, 6 ਵਿੱਚ ਅਜੇ ਨਵੇਂ ਆਉਣੇ ਸਿੱਖ ਸ਼ੁਰੂ ਹੋਏ ਸਨ ਜੀ, ਅਤੇ ਉਹਨਾਂ ਸਿੱਖਾਂ ਵਿੱਚ ਅੰਮ੍ਰਿਤ ਸੰਚਾਰ ਵੀ ਕੀਤਾ। ਮੈਂ ਕਈ ਵਾਰੀ ਸੋਚਦਾ ਹੁੰਦਾ ਕੈਨੇਡਾ ਦੀ ਧਰਤੀ 'ਤੇ ਜੀ, ਵੈਨਕੂਵਰ ਵਰਗੇ ਸ਼ਹਿਰ ਵਿੱਚ ਜੀ, ਵਿਕਟੋਰੀਆ ਵਰਗੇ ਥਾਂ 'ਤੇ 250 ਏਕੜ ਜ਼ਮੀਨ ਖਰੀਦ ਲੈਣੀ ਜੀ, ਅਤੇ ਉੱਥੇ ਮਾਈਨਿੰਗ ਦਾ ਕੰਮ ਸ਼ੁਰੂ ਕਰਨਾ, ਅਤੇ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਕੰਮ ਆਰੰਭ ਕਰ ਦੇਣਾ, ਗੁਰੂ ਨਾਨਕ ਦਾ ਝੰਡਾ ਗੱਡ ਦੇਣਾ, ਇਹ ਛੋਟੀਆਂ ਗੱਲਾਂ ਨਹੀਂ ਸਨ। ਪਰ ਅਸੀਂ ਜਦੋਂ ਨਾ 1914 ਵਿੱਚ ਸਤਿਕਾਰਯੋਗ ਬਾਬਾ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਆਇਆ ਜੀ, ਅਤੇ ਉਸ ਤੋਂ ਪਹਿਲਾਂ ਜੇ ਕਾਮਾਗਾਟਾ ਮਾਰੂ ਨੂੰ ਸਵਾਗਤ ਕਰਨ ਲਈ ਵਿਕਟੋਰੀਆ ਇਸ ਵੈਨਕੂਵਰ ਵਿੱਚ ਹੀ ਸੰਗਤ ਜੀ ਆਇਆ ਕਹਿਣ ਨੂੰ ਬੈਠੀ ਸੀ, ਇਸੇ ਕਰਕੇ ਬੈਠੀ ਸੀ ਕਿ ਉਹਨਾਂ ਦਾ ਝੰਡਾ ਗੱਡਿਆ ਹੋਇਆ ਸੀ ਕਹਿੰਦੇ। ਬਿਲਕੁਲ, ਜੇ 6 ਵਿੱਚ ਝੰਡਾ ਨਾ ਗੱਡਦੇ ਜੀ, ਅਤੇ ਠੀਕ 8 ਸਾਲਾਂ ਬਾਅਦ ਵੈਨਕੂਵਰ ਕਾਮਾਗਾਟਾ ਮਾਰੂ ਆਉਂਦਾ, ਗੁਰੂ ਨਾਨਕ ਜਹਾਜ਼ ਆਉਂਦਾ, ਬਿਲਕੁਲ, ਅਤੇ ਉਸ ਜਹਾਜ਼ ਨੂੰ ਭੂਮਿਕਾ ਬਣਾਉਣ ਵਾਲੇ, ਬਿਲਕੁਲ, ਅਸੀਂ ਉਹਨਾਂ ਨੂੰ ਪੇਸ਼ ਨਹੀਂ ਕਰ ਸਕੇ ਸੰਤ ਬਾਬਾ ਤੇਜਾ ਸਿੰਘ ਨੂੰ ਜੀ, ਜਿਹੜੀ ਅਸਲ ਭੂਮਿਕਾ ਸੀ ਜੀ ਉਹ ਸੰਤ ਬਾਬਾ ਤੇਜਾ ਸਿੰਘ ਜੀ ਹੋਰਾਂ ਦੀ ਸੀ, ਕਿਉਂਕਿ ਉਹਨਾਂ ਕੋਲ ਐਜੂਕੇਸ਼ਨ ਵੀ ਬਹੁਤ ਸੀ ਜੀ। ਜਿਹੜੇ ਯਾਤਰੂ ਸਨ ਨਾ ਕਾਮਾਗਾਟਾ ਮਾਰੂ ਦੇ, ਜਿਹਨਾਂ ਨੂੰ ਬ੍ਰਿਟਿਸ਼ ਸਰਕਾਰ ਨੇ ਐਂਟਰ ਨਹੀਂ ਕਰਨ ਹੋਣ ਦਿੱਤਾ ਜੀ ਬੰਦਰਗਾਹ ਤੋਂ ਅੰਦਰ, ਅਤੇ ਉਹ ਵਿਚਾਰੇ ਬਹੁਤੇ ਪੜ੍ਹੇ ਲਿਖੇ ਨਹੀਂ ਸਨ, ਉਹ ਤਾਂ ਸਿਰਫ ਕੰਮ ਦੀ ਭਾਲ ਵਿੱਚ ਹਵਾਈ ਜਹਾਜ਼ ਉਸ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋਏ ਸਨ, ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਐਡਾ ਵੱਡਾ ਭਰੋਸਾ ਸੀ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾਲ ਸੀ ਜੀ ਉਸ ਜਹਾਜ਼ ਵਿੱਚ, ਇਹ ਸਾਰਾ ਕੁਝ ਜੋ ਕੁਛ ਵੀ ਸੀ ਨਾ ਜੀ, ਅਸਲ ਵਿੱਚ ਸਿੱਖਾਂ ਦੀ ਜਿਹੜੀ ਮੀਟਿੰਗ ਹੁੰਦੀ ਹੈ ਵੈਨਕੂਵਰ ਵਿੱਚ, ਉਹ ਸਿੱਖ ਸੰਤ ਬਾਬਾ ਤੇਜਾ ਸਿੰਘ ਜੀ ਹੋਰਾਂ ਦੇ ਇੱਥੇ ਸ਼ਿੰਗਾਰੇ ਹੋਏ ਸਨ, ਸਵਾਰੇ ਹੋਏ ਸਨ, ਜਿਹਨਾਂ 'ਚ ਅੰਮ੍ਰਿਤ ਸੰਚਾਰ ਕੀਤਾ। ਔਰ ਉਸ ਸਮੇਂ ਵਿੱਚ ਅੱਜ ਜੇ ਅਸੀਂ ਫਖਰ ਨਾਲ ਕਹਿੰਦੇ ਹਾਂ ਕਿ ਅਮੈਰੀਕਾ ਦੇ ਅਤੇ ਇੰਗਲੈਂਡ ਦੇ ਅਤੇ ਯੂਰਪ ਦੇ
ਤੇ ਕੈਨੇਡਾ ਦੇ ਨਗਰ ਕੀਰਤਨ ਬੜੇ ਨਿਕਲਦੇ ਨੇ, ਪਰ 5000 ਬੰਦੇ ਨੂੰ ਨਗਰ ਕੀਰਤਨ ਵਿੱਚ ਸ਼ਾਮਿਲ ਕਰਨਾ ਬਹੁਤ ਔਖਾ ਸੀ, ਜਿਹਦੇ ਵਿੱਚ ਸਿੱਖ ਥੋੜ੍ਹੇ ਸਨ ਅਤੇ ਦੁਨੀਆਂ ਦੀਆਂ ਦੂਜੀਆਂ ਕਮਿਊਨਿਟੀਜ਼ ਜ਼ਿਆਦਾ ਸਨ। ਬਿਲਕੁਲ ਜੀ, ਕੁੱਲ ਸਿੱਖਾਂ ਦੀ ਗਿਣਤੀ ਉਸ ਸਮੇਂ ਕਹਿੰਦੇ ਕੈਨੇਡਾ 2000 ਸੀ। ਹਾਂਜੀ, 2000 ਹੀ ਸੀ, 5000 ਦਾ ਇਕੱਠ ਨਗਰ ਕੀਰਤਨ ਸੋ ਇਹਦਾ ਮਤਲਬ ਆ ਦੂਜੀਆਂ ਕਮੇਟੀਆਂ ਨੂੰ ਨਾਲ ਸ਼ਮੂਲੀਅਤ ਦਿੱਤੀ ਅਤੇ ਸਿੱਖ ਪੰਥ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ। ਅਸਲ ਵਿੱਚ ਉਹਦੇ ਵਿੱਚ ਸਾਰੀ ਜਿਹੜੀ ਦੁਨਿਆਵੀ ਐਜੂਕੇਸ਼ਨ ਪੈਦਾ ਲਈ ਸੀ ਨਾ ਉਹਨਾਂ ਨੇ ਜੀ, ਗੁਰੂ ਨਾਨਕ ਦੇ ਸਿਧਾਂਤ ਦਾ ਪ੍ਰਚਾਰ ਕਰਨ ਦੀ ਖਾਤਰ, ਗੁਰੂ ਨਾਨਕ ਦੀ ਫਿਲਾਸਫੀ ਨੂੰ ਫੈਲਾਉਣ ਦੀ ਖਾਤਰ ਜੀ, ਕੋਈ ਲਾਲਚ ਨਹੀਂ ਜੀ ਕਿਸੇ ਤਰ੍ਹਾਂ ਦਾ ਵੀ। ਜੇ ਲਾਲਚ ਹੁੰਦਾ ਤਾਂ ਉਹ ਜਗ੍ਹਾ ਆਪਣੇ ਨਾਂ 'ਤੇ ਹੁੰਦੀ, ਉਹ ਜੇ ਸੁਸਾਇਟੀ ਕਿਉਂ ਬਣਾਈ, ਇਸੇ ਕਰਕੇ ਬਣਾਈ, ਅਸੀਂ ਆਉਂਦੇ ਹਾਂ ਆਪਣੇ ਬੱਚਿਆਂ ਲਈ ਪ੍ਰਾਪਰਟੀ ਖਰੀਦਦੇ ਹਾਂ, ਘਰ ਖਰੀਦਦੇ ਹਾਂ, ਰਹਿੰਦੇ ਹਾਂ, ਪ੍ਰਾਪਰਟੀ ਬਣਾਉਂਦੇ ਹਾਂ, ਜੇ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨਾ ਬਿਲਕੁਲ, ਅਤੇ ਅਸੀਂ ਉਹਨਾਂ ਨੂੰ ਉਸ ਲਾਈਨ ਵਿੱਚ ਵੀ ਰੱਖ ਸਕਦੇ, ਨਕਲੀ ਵਾਲਿਆਂ ਦੀ ਲਾਈਨ 'ਚ। ਬਿਲਕੁਲ ਜੀ, ਪਰ ਅੱਜ ਮੈਂ ਤੁਹਾਨੂੰ ਜਿਹੜੀ ਗੱਲ ਸ਼ੁਰੂ ਕੀਤੀ ਸੀ ਵੀ ਰੂਹਾਨੀਅਤ ਨਾਲ ਜੁੜੀਆਂ ਹੋਈਆਂ ਰਸੀਆਂ ਹੋਈਆਂ ਆਤਮਾਵਾਂ ਬਹੁਤ ਸਾਰੀਆਂ ਜਿਹੜੇ ਇਸ ਦੁੱਖ ਨੂੰ ਸਮਝਦੇ ਸਨ ਵੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਦੁਨੀਆਂ ਦੇ ਕੋਣੇ ਕੋਣੇ ਤੱਕ ਪਹੁੰਚਾਉਣਾ ਹੈ ਔਰ ਗੁਰੂ ਘਰਾਂ ਦੀ ਸਥਾਪਨਾ ਕਰਨੀ ਹੈ ਔਰ ਸਾਡਾ ਨਿਸ਼ਾਨ ਸਾਹਿਬ ਦੱਸੇ ਕਿ ਇਹ ਗੁਰੂ ਨਾਨਕ ਦਾ ਇਹ ਅਸਥਾਨ ਹੈ। ਔਰ ਗੁਰਦੁਆਰੇ ਦੀ ਪਰਿਭਾਸ਼ਾ ਵੀ ਉਦੋਂ ਹੋਰ ਸੀ ਜੀ। ਅਸੀਂ ਨਾ ਗੁਰਦੁਆਰੇ ਦੀ ਡੈਫੀਨੇਸ਼ਨ 'ਚ ਵੀ ਕਈ ਵਾਰੀ ਫਸ ਜਾਂਦੇ ਹਾਂ ਵੀ ਗੁਰਦੁਆਰੇ ਦੀ ਡੈਫੀਨੇਸ਼ਨ ਕੀ ਹੁੰਦੀ ਹੈ। ਹਾਂਜੀ, ਗੁਰਦੁਆਰੇ ਦੀ ਡੈਫੀਨੇਸ਼ਨ ਭਾਈ ਕਾਨ ਸਿੰਘ ਨਾਭਾ ਨੇ ਦੱਸੀ ਹੈ, ਜਿਸ ਅਸਥਾਨ 'ਤੇ ਆ ਕੇ ਸ਼ਬਦ ਦਾ ਲੰਗਰ ਵਰਤਦਾ ਹੋਵੇ ਜੀ, ਆਤਮਕ ਆਨੰਦ ਆਉਣਾ ਸ਼ੁਰੂ ਹੋ ਜਾਏ, ਗੁਰਬਾਣੀ ਕੀਰਤਨ ਕਥਾ ਪਾਠ ਚੱਲਦਾ ਹੋਵੇ ਜੀ, ਨੰਬਰ 2 'ਤੇ ਗੁਰੂ ਘਰ ਵਿੱਚ ਆਏ ਹੋਏ ਮਨੁੱਖ ਨੂੰ ਰਹਿਣ ਬਸੇਰਾ ਮਿਲਣਾ ਚਾਹੀਦਾ ਜਿਹੜਾ ਆਉਂਦਾ ਨਾ। ਬਿਲਕੁਲ, ਕਿਉਂਕਿ ਨਿਸ਼ਾਨ ਸਾਹਿਬ ਸੱਦਾ ਦੇ ਰਿਹਾ ਉਹਦਾ ਫਰਰਾ, ਨਿਸ਼ਾਨ ਸਾਹਿਬ ਦਾ ਫਰਰਾ ਜਦੋਂ ਘੁੰਮਦਾ ਨਾ ਜੀ ਹਵਾ ਦੇ ਨਾਲ ਉੱਡਦਾ ਹੈ, ਅਸਮਾਨ ਤੋਂ ਥੱਲੇ ਉਹ ਹੈ, ਉੱਪਰ ਅਸਮਾਨ ਹੈ ਅਤੇ ਥੱਲੇ ਉਹ ਨਿਸ਼ਾਨ ਸਾਹਿਬ ਦਾ, ਉਹ ਇੱਕ ਸੁਨੇਹਾ ਦਿੰਦਾ ਕਿ ਮੇਰੀ ਤਾਬਿਆ ਆਓਗੇ ਤਾਂ ਤੁਹਾਨੂੰ ਸਾਰਾ ਆਨੰਦ ਮਿਲੇਗਾ। ਕਿਆ ਬਾਤ ਹੈ, ਉਹ ਇੱਕ ਸੁਨੇਹਾ ਦਿੰਦਾ ਅਸਮਾਨ ਤੋਂ ਬਾਅਦ, ਕਿਉਂਕਿ ਅਸਮਾਨ ਦੇ ਥੱਲੇ ਸਾਰੀ ਦੁਨੀਆ ਵੱਸਦੀ ਹੈ। ਬਿਲਕੁਲ ਜੀ, ਇਸ ਖਲਾਅ ਵਿੱਚ ਸਾਰੀ ਸੰਸਾਰ ਵੱਸਦਾ ਧਰਤੀ 'ਤੇ, ਉਹ ਇੱਕ ਸੁਨੇਹਾ ਦਿੰਦਾ ਕਿ ਜਿਹੜੇ ਤੁਸੀਂ ਆਓਗੇ ਜਿਹਦੇ ਕੋਲ ਰਹਿਣ ਲਈ ਬਸੇਰਾ ਨਹੀਂ, ਤੁਹਾਨੂੰ ਰਹਿਣ ਲਈ ਵੀ ਥਾਂ ਦੇਵਾਂਗੇ ਜੀ, ਜਿਹੜਾ ਬਿਮਾਰ ਹੈ ਨਾ ਉਸਨੂੰ ਅਸੀਂ ਦਵਾਈ ਵੀ ਦੇਵਾਂਗੇ, ਜਿਹੜਾ ਭੁੱਖਾ ਹੈ ਉਹਨੂੰ ਪ੍ਰਸ਼ਾਦਾ ਵੀ ਦੇਵਾਂਗੇ। ਬਿਲਕੁਲ ਜੀ, ਜਿਹੜਾ ਨਿਰਅਕਸ਼ਰ ਆ ਜਿਹੜਾ ਪੜ੍ਹਿਆ ਨਹੀਂ ਉਹਨੂੰ ਅਸੀਂ ਪੜ੍ਹਨਾ ਗਿਆਨ ਵੀ ਦੇਵਾਂਗੇ। ਇਹ ਹੈ ਗੁਰਦੁਆਰੇ ਦੀ ਅਸਲ ਪਰਿਭਾਸ਼ਾ ਜੀ। ਅਸੀਂ ਗੁਰੂ ਘਰ ਦੀ ਪਰਿਭਾਸ਼ਾ ਨੂੰ ਵੀ ਚੇਂਜ ਕਰ ਬੈਠੇ ਹਾਂ। ਇਹ ਜਿਹੜੀ ਗੁਰੂ ਘਰ ਦੀ ਮੈਂ ਡੈਫੀਨੇਸ਼ਨ ਦਿੱਤੀ ਹੈ ਨਾ, ਭਾਈ ਕਾਨ ਸਿੰਘ ਅਨਾਵਾ ਨੇ ਗੁਰਦੁਆਰੇ ਦੀ ਡੈਫੀਨੇਸ਼ਨ ਵਿੱਚ ਗੱਲਾਂ ਲਿਖੀਆਂ, ਪਰ ਬਾਬਾ ਅਤਰ ਸਿੰਘ ਮਸਤੂਆਣੇ ਦੀ ਸੋਚੀ ਸੀ ਜੀ ਕਿ ਇਹ ਜਿਹੜੀ ਸੁਸਾਇਟੀ ਕਾਇਮ ਕੀਤੀ ਜੀ, ਇਸੇ ਕਰਕੇ ਕੀਤੀ ਕਿ ਜਿਹੜੀ ਸੁਸਾਇਟੀ ਹੈ ਜਦੋਂ ਕਾਰਜਸ਼ੀਲ ਹੋਵੇਗੀ ਜੀ ਅਤੇ ਇਹਨਾਂ ਕਾਰਜਾਂ ਨੂੰ ਬੜੇ ਆਨੰਦ ਨਾਲ ਕਰੇਗੀ। ਬਿਲਕੁਲ, ਅੱਜ ਅਸੀਂ ਨਾ ਪਤਾ ਨਹੀਂ ਇਸ 'ਤੇ ਕਰਦੇ ਹਾਂ ਜਾਂ ਨਹੀਂ, ਤੁਸੀਂ ਜਾਣਦੇ ਹੋਵੋਗੇ ਇੱਥੋਂ ਤੋਂ ਰਹਿਣ ਵਾਲੇ ਹੋ, ਮੈਂ ਤਾਂ ਇੱਕ ਗੱਲ ਵੇਖ ਰਿਹਾ ਵੀ ਗੁਰਦੁਆਰੇ ਦੀ ਪਰਿਭਾਸ਼ਾ 'ਤੇ ਅਸੀਂ ਪੂਰੀ ਤਰ੍ਹਾਂ ਅਮਲ ਨਹੀਂ ਕਰ ਰਹੇ, ਪਹਿਰਾ ਦੇ ਸਕੇ ਨਹੀਂ, ਨਹੀਂ ਪਹਿਰਾ ਦੇ ਸਕੇ। ਅਸੀਂ ਗੁਰੂ ਘਰ ਬਹੁਤ ਵੱਡੇ ਉਸਾਰ ਲਏ ਨੇ, ਸਾਰਾ ਕੁਛ ਕਰ ਲਿਆ, ਪਰ ਗੁਰਦੁਆਰੇ ਦੀ ਜਦੋਂ ਪਰਿਭਾਸ਼ਾ ਦੀ ਡੈਫੀਨੇਸ਼ਨ ਦੀ ਗੱਲ ਆਉਂਦੀ ਹੈ ਉਦੋਂ ਅਸੀਂ ਕਿਸੇ ਹੋਰ ਪਾਸੇ ਚਲੇ ਜਾਂਦੇ ਹਾਂ। ਦੁਨਿਆਵੀ ਐਜੂਕੇਸ਼ਨ ਲਈ ਜਿਹੜਾ ਤਰਸਦੇ ਹਾਂ, ਮੈਂ ਕਈ ਵਾਰੀ ਸੋਚਦਾ ਹੁੰਦਾ ਜੀ, ਅਸੀਂ ਇੱਥੋਂ ਤਰਕ ਕਰਦੇ ਹਾਂ ਵੀ SCPC ਦੀ ਆਮਦਨ ਬੜੀ ਹੈ, ਬਹੁਤ ਵਧੀਆ, ਮੁਬਾਰਕ ਸਿੱਖਾਂ ਦੀ ਆਮਦਨ ਹੈ, ਬਿਲਕੁਲ ਦਰਬਾਰ ਸਾਹਿਬ ਦੀ ਆਮਦਨ ਹੈ, ਪ੍ਰਬੰਧਕ ਵੀ ਤੁਹਾਡੇ ਭੈਣ ਭਰਾ ਉੱਥੇ ਬੈਠੇ ਨੇ, ਪਰ ਕੀ ਤੁਹਾਡੇ ਗੁਰੂ ਘਰਾਂ ਦੀ ਆਮਦਨ ਥੋੜ੍ਹੀ ਹੈ? ਜੇ ਤੁਸੀਂ ਇਕੱਠੇ ਹੋਵੋ ਸਾਰੇ, ਤੁਸੀਂ ਯੂਨਾਈਟ ਹੋਵੋਗੇ ਸਾਰੇ ਇਕੱਠੇ ਹੋਵੋਗੇ ਅਤੇ ਜਦੋਂ ਤੁਸੀਂ ਇਕੱਠੇ ਹੋ ਜਾਓਗੇ ਤਾਂ ਉਹ ਆਮਦਨ ਸ਼ਾਇਦ ਜ਼ਿਆਦਾ ਵਧੀਆ ਹੋਏਗੀ ਅਤੇ ਤੁਸੀਂ ਸਕੂਲ ਕਾਲਜ ਉਹਨਾਂ ਨੂੰ ਵਧੀਆ ਚਲਾ ਸਕੋਗੇ। ਬਿਲਕੁਲ, ਗੱਲ ਤਾਂ ਕੰਮ ਕਰਨ ਲਈ ਹੈ ਨਾ। ਬਿਲਕੁਲ, ਜੇ ਤੁਹਾਡਾ ਗੁਰੂ ਕਿਰਪਾ ਕਰੇ ਸਾਡੇ ਸਾਰੇ ਮੇਰੇ ਸਿੱਖ ਭਰਾ ਇਸ ਪਾਸੇ ਮੈਨੂੰ ਸੋਚਣ ਲੱਗ ਜਾਣਗੇ ਅਤੇ ਅਸੀਂ ਤਾਂ ਯਹੂਦੀਆਂ ਨਾਲੋਂ ਕਿਤੇ ਅੱਗੇ ਜਾ ਸਕਦੇ ਜਾ ਸਕਦੇ ਹਾਂ। ਬਿਲਕੁਲ, ਐਜੂਕੇਸ਼ਨ ਵੀ ਜਾ ਸਕਦੇ ਹਾਂ। ਬਿਲਕੁਲ, ਅਤੇ ਜਿਹੜਾ ਨੋਬਲ ਪ੍ਰਾਈਜ਼ ਅੱਜ ਸਾਡੇ ਕੋਲ ਕੋਈ ਨਹੀਂ ਅਤੇ ਸ਼ਾਇਦ ਅਸੀਂ ਨੋਬਲ ਪ੍ਰਾਈਜ਼ ਜਿੱਤ ਸਕਦੇ ਹਾਂ ਦੁਨੀਆਂ ਦਾ, ਵਧੀਆ ਇਨਸਾਨ ਪੈਦਾ ਕਰਕੇ, ਜਿੰਨਾ ਵਧੀਆ ਤੁਸੀਂ ਕਾਰਜ ਕਰਦੇ ਹੋ ਜੀ, ਹਰ ਦੁੱਖ ਦੇ ਵਿੱਚ ਪਹੁੰਚਦੇ ਹੋ, ਹਰ ਸੁੱਖ ਵਿੱਚ ਪਹੁੰਚਦੇ ਹੋ, ਜਿਹੜੇ ਵੇ ਘਰੇ ਲੋਕ ਨੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਵੀ ਛਕਾਉਂਦੇ ਹੋ, ਸਾਰਾ ਕੁਛ ਕਰਦੇ ਹੈ, ਜਿੱਥੇ ਕੋਈ ਕੁਦਰਤੀ ਕਹਿਰ ਵਾਪਰਦਾ ਤੁਸੀਂ ਉੱਥੇ ਵੀ ਪਹੁੰਚ ਜਾਂਦੇ ਹੋ। ਬਿਲਕੁਲ, ਖਾਲਸਾ ਏਡ ਵੱਲੋਂ ਹਾਂਜੀ ਬੜਾ ਵੱਡੇ ਕਾਰਜ ਕਰਦੇ ਹੋ ਤੁਸੀਂ, ਦੁਨੀਆਂ ਦੇ ਹਰ ਖਿੱਤੇ 'ਚ ਪਹੁੰਚੇ ਹੋ। ਬਿਲਕੁਲ, ਪਰ ਮੈਂ ਇੱਕ ਇਹ ਬੇਨਤੀ ਕਰਾਂ, ਜੇ ਤੁਹਾਡੇ ਵਿੱਚ ਇਹ ਸਾਰੇ ਗੁਣ ਨੇ ਜੀ ਅਤੇ ਜੇ ਕਿਤੇ ਸਾਡੇ ਵਿੱਚ ਇਕੱਠੇ ਹੋਣ ਦਾ, ਯੂਨਾਈਟ ਹੋਣ ਦਾ ਵੱਡਾ ਗੁਣ ਆ ਜਾਏ, ਬਿਲਕੁਲ ਜੀ, ਸਿੱਖ ਇਕੱਠੇ ਹੋ ਜਾਣ ਕਿਤੇ ਜੀ ਅਤੇ ਤੁਸੀਂ ਇਸ ਦੁਨੀਆਂ ਦਾ ਸ਼ਿੰਗਾਰ ਬਣ ਸਕਦੇ ਹੋ। ਜਦੋਂ ਅਸੀਂ ਸੰਤ ਅਤਰ ਸਿੰਘ ਮਸਤੂਆਣੇ ਦੀ ਗੱਲ ਕਰਦੇ ਹਾਂ ਜੀ, ਤੁਸੀਂ ਜਿਵੇਂ ਨਾਲ ਹੀ ਗੱਲ ਦੱਸੀ ਸੰਤ ਤੇਜਾ ਸਿੰਘ ਜੀ ਦੀ, ਹੁਣ ਉਹ ਤੋਂ ਬਾਅਦ ਹੋਰ ਅਨੇਕਾਂ ਸੰਸਥਾਵਾਂ ਨੇ
ਜਿਹੜੀਆਂ ਉੱਥੋਂ ਧਰਾਵਾਂ ਚੱਲੀਆਂ ਨੇ ਮਸਤਵਾਣਾ ਸਾਹਿਬ ਤੋਂ। ਤਾਂ ਪਰ ਜੇ ਇਹਦੇ ਵਿੱਚ ਮੁੱਖ ਤੌਰ 'ਤੇ ਮੈਂ ਕਹਾਂ ਕਿ ਐਜੂਕੇਸ਼ਨ ਦੀ ਗੱਲ ਆ, ਤਾਂ ਡਾਕਟਰ ਖੇਮ ਸਿੰਘ ਗਿੱਲ ਜਿਹੜੇ ਵਾਈਸ ਚਾਂਸਲਰ ਯੂਨੀਵਰਸਿਟੀ ਦੇ, ਜਾਂ ਬਾਬਾ ਇਕਬਾਲ ਸਿੰਘ ਜਿਨ੍ਹਾਂ ਨੇ ਉਸ ਲੜੀ ਨੂੰ ਅੱਗੇ ਚਲਾਇਆ, ਅੱਜ ਤੱਕ ਯੂਨੀਵਰਸਿਟੀ ਤੱਕ ਗੱਲ ਚਲੀ ਗਈ। ਤੁਸੀਂ ਵੀ ਇੱਕ ਯੂਨੀਵਰਸਿਟੀ ਦੇ ਵਿੱਚ ਪ੍ਰਬੰਧਕ ਹੋ, ਇਹ ਕਦੇ ਯਤਨ ਹੋ ਸਕਦਾ ਹੈ ਕਿ ਸੰਤ ਤੇਜਾ ਸਿੰਘ ਦੇ ਜੀਵਨ 'ਤੇ ਜਾਂ ਉਹਨਾਂ ਦੀ ਸਿੱਖਮਤ ਨੂੰ ਦੇਣ ਇਹਦੇ 'ਤੇ ਕੋਈ PhD ਦਾ ਥੀਸਿਸ ਲਿਖਿਆ ਜਾਵੇ? ਤੁਸੀਂ ਬੜਾ ਪਿਆਰਾ ਸਵਾਲ ਕੀਤਾ। ਅਸਲ ਵਿੱਚ ਨਾ ਸਤਿਕਾਰਯੋਗ ਬਾਬਾ ਇਕਬਾਲ ਸਿੰਘ ਦਾ ਜ਼ਿਕਰ ਕੀਤਾ ਜੀ। ਬਾਬਾ ਤੇਜਸ ਸਿੰਘ ਤੋਂ ਬਾਅਦ 1988 ਵਿੱਚ ਜੀ, ਜਦੋਂ ਬਾਬਾ ਤੇਜਸ ਸਿੰਘ ਜੀ 1965 ਵਿੱਚ ਜੀ 65 ਚਲੇ ਗਏ, 65 ਵਿੱਚ ਚਲੇ ਗਏ, ਸਰੀਰ ਕਰਕੇ ਚਲੇ ਗਏ 65 ਵਿੱਚ, ਅਤੇ 88 ਸਾਲ ਦੀ ਉਮਰ ਵਿੱਚ ਗਏ ਜੀ। 65 ਤੋਂ ਬਾਅਦ ਲਗਾਤਾਰ ਇਸ ਪ੍ਰਬੰਧ ਦੀ ਨਿਗਰਾਨੀ ਵਿੱਚ ਬਾਬਾ ਇਕਬਾਲ ਸਿੰਘ ਵੀ ਨੇ ਜੀ। ਬਾਬਾ ਇਕਬਾਲ ਸਿੰਘ ਭਾਵੇਂ ਉਦੋਂ ਸਰਵਿਸ ਕਰਦੇ ਸਨ ਜੀ, ਪਰ ਬਾਬਾ ਤੇਜਸ ਸਿੰਘ ਜੀ ਹੋਰਾਂ ਦੇ ਬੜੇ ਉਸ ਸਤਿਕਾਰਯੋਗ ਸਨ, ਬਿਲਕੁਲ ਬੜੀ ਕਦਰ ਕਰਦੇ ਸਨ, ਵਧੀਆ ਨੇ, ਕਿਉਂਕਿ ਬਾਬਾ ਤੇਜਾ ਸਿੰਘ ਬਾਬਾ ਇਕਬਾਲ ਸਿੰਘ ਜੀ ਖੁਦ MSc ਨੇ, ਹੋਰਟੀਕਲਚਰ ਦੇ ਡਾਇਰੈਕਟਰ ਰਹੇ ਨੇ ਹਿਮਾਚਲ ਦੇ। ਹਾਂਜੀ। ਔਰ ਇਹ ਜਿਹੜੀਆਂ ਅਕਾਲ ਅਕੈਡਮੀਜ਼ ਬਣੀਆਂ ਨੇ ਪੰਜਾਬ ਵਿੱਚ, ਜਾਂ ਯੂਨੀਵਰਸਿਟੀਆਂ ਬਣੀਆਂ ਨੇ, ਜਾਂ ਹੋਸਪਿਟਲ ਬਣੇ ਨੇ, ਬਹੁਤ ਸਾਰੇ ਕਾਰਜ ਕੀਤੇ ਨੇ ਬਾਬਾ ਜੀ ਨੇ ਸਿਹਤ ਦੇ ਖੇਤਰ ਵਿੱਚ, ਐਜੂਕੇਸ਼ਨ ਦੇ ਖੇਤਰ ਵਿੱਚ। ਅਤੇ ਡਾਕਟਰ ਖੇਮ ਸਿੰਘ ਗਿੱਲ ਹੋਰੀ ਵੀ ਜਦੋਂ ਸੇਵਾ ਵਿੱਚ ਸਨ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ, ਉਸੇ ਸਮੇਂ ਤੋਂ ਜੁੜੇ ਹੋਏ ਨੇ, ਜੁੜੇ ਹੋਏ ਨੇ, ਬਿਲਕੁਲ ਜੀ। ਕਿਉਂਕਿ ਮੈਂ ਹੁਣੇ ਗੱਲ ਕੀਤੀ, ਪਹਿਰਾਵੇ ਦਾ ਨਾਂ ਨਹੀਂ ਸਿੱਖੀ, ਬਿਲਕੁਲ ਜੀ, ਸੰਤ ਦਾ ਕੋਈ ਪਰਿਭਾਸ਼ਾ ਜਿਹੜੀ ਹੈ, ਜਿਹੜਾ ਉਹਨੂੰ ਭਾਉਂਦਾ, ਜਿਹੜਾ ਉਹਨੂੰ ਚੰਗਾ ਲੱਗਦਾ, ਉਹ ਕਿਸੇ ਪਹਿਰਾਵੇ ਵਿੱਚ ਵੀ ਰਹਿ ਕੇ ਸੇਵਾ ਕਰ ਸਕਦਾ। ਬਾਬਾ ਇਕਬਾਲ ਸਿੰਘ ਜੀ ਹੋਰੀ ਡਾਇਰੈਕਟਰ ਹੁੰਦਿਆਂ ਹੋਇਆ ਹੋਰਟੀਕਲਚਰ ਦੇ ਜੀ ਸੇਵਾ ਵਿੱਚ ਰਹੇ, ਕਿਉਂਕਿ ਉਹ ਰਿਟਾਇਰ ਤਾਂ 9ਵੇਂ ਦਹਾਕੇ ਵਿੱਚ ਜਾ ਕੇ ਹੁੰਦੇ ਨੇ, ਬਿਲਕੁਲ ਠੀਕ ਹੈ ਨਾ ਜੀ, 8ਵੇਂ 9ਵੇਂ ਦਹਾਕੇ ਵਿੱਚ ਰਿਟਾਇਰ ਹੁੰਦੇ ਨੇ ਸਰਵਿਸ ਤੋਂ, ਪਰ 65 ਵਿੱਚ ਬਾਬਾ ਜੀ ਚਲੇ ਜਾਂਦੇ ਨੇ, ਪਰ ਉਸ ਮਿਸ਼ਨ ਦੀ ਪੂਰਤੀ ਲਈ ਬੜੂ ਸਾਹਿਬ ਤੋਂ ਉਦੋਂ ਤੋਂ ਲੱਗੇ ਹੋਏ ਨੇ। ਕਿਆ ਬਾਤ ਹੈ, ਐਜੂਕੇਸ਼ਨ ਦੇ ਖੇਤਰ ਵਿੱਚ ਇਹ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਬਾਬਾ ਅਤਰ ਸਿੰਘ ਮਸਤੂ ਹੋਣ ਵਾਲਿਆਂ ਦੀ ਸਿੱਖਿਆ ਨੂੰ ਉਹਨਾਂ ਨੇ ਪੜ੍ਹਿਆ ਸੀ ਜੀ, ਔਰ ਇਹ ਵੀ ਪੜ੍ਹਿਆ ਸੀ ਜਿਹੜੇ ਮਾਰਗ 'ਤੇ ਸਤਿਕਾਰਯੋਗ ਸੰਤ ਬਾਬਾ ਤੇਜਾ ਸਿੰਘ ਚੱਲੇ ਨੇ ਜੀ, ਉਸ ਮਾਰਗ ਨੂੰ ਅੱਗੇ ਕਿਵੇਂ ਲੈ ਕੇ ਜਾਣਾ। ਕਿਆ ਬਾਤ ਹੈ, ਬਿਲਕੁਲ, ਇਹ ਬੜੀਆਂ ਰਸੀਆਂ ਹੋਈਆਂ ਰੂਹਾਂ ਆਉਂਦੀਆਂ ਨੇ ਜਦੋਂ ਬੜੂ ਸਾਹਿਬ ਗਏ ਨੇ, ਸੰਤ ਤੇਜਾ ਸਿੰਘ ਜੀ ਉਹਨਾਂ ਨੇ ਵੇਖਿਆ ਕਿ ਇਹ ਧਰਤੀ 'ਤੇ ਕੋਈ ਅਜਿਹੀਆਂ ਲਹਿਰਾਂ ਨੇ, ਇਸ ਤਰ੍ਹਾਂ ਦੀਆਂ ਵੇਵਸ ਨੇ ਜਿਹੜਾ ਭਗਤੀ ਭਾਵਨਾ ਵੱਲੋਂ ਮੈਨੂੰ ਖਿੱਚਦੀਆਂ, ਔਰ ਉਸ ਸਥਾਨ 'ਤੇ ਬੜੂ ਸਾਹਿਬ ਵਰਗੀ ਵੱਡੀ ਸੰਸਥਾ ਬਣਾ ਦੇਣੀ, ਇੰਗਲਿਸ਼ ਮੀਡੀਅਮ ਅਕਾਲ ਅਕੈਡਮੀ ਸ਼ੁਰੂ ਕਰ ਦੇਣੀਆਂ, ਇਹ ਛੋਟਾ ਕਾਰਜ ਨਹੀਂ, ਪੰਜਾਬ ਦੇ ਕੋਨੇ ਕੋਨੇ ਤੱਕ ਦੂਸਰੀਆਂ ਸਟੇਟਸ ਵਿੱਚ ਐਜੂਕੇਸ਼ਨ ਨੂੰ ਲੈ ਕੇ ਚਲੇ ਜਾਣਾ, ਇੱਕ ਦਰਦ ਰੱਖਣਾ ਕਿ IAS IPS PCS ਅਫਸਰ ਸਾਹਿਬਾਨ ਸਾਡੇ ਹੋਣ, ਔਰ ਉਹਨਾਂ ਲਈ ਟ੍ਰੇਨਿੰਗ ਸੈਂਟਰ ਖੋਲ੍ਹ ਦੇਣੇ, ਇਹ ਅਸਲ ਵਿੱਚ ਇਹ ਬੜੀਆਂ ਜਿਹਨਾਂ ਰੂਹਾਂ ਦੀ ਤੁਸੀਂ ਗੱਲ ਕੀਤੀ ਹੈ, ਆਤਮਕ ਆਨੰਦ ਵਿੱਚ ਰਹਿਣ ਵਾਲੀਆਂ ਰੂਹਾਂ ਨੇ, ਬਿਲਕੁਲ ਜਿਹੜੀ ਆਤਮਕ ਆਨੰਦ ਵਿੱਚ ਰਹਿੰਦੀਆਂ ਨੇ। ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲੇ, ਸਤਿਕਾਰਯੋਗ ਡਾਕਟਰ ਖੇਮ ਸਿੰਘ ਜੀ ਗਿੱਲ ਸਾਹਿਬ, ਵਾਈਸ ਚਾਂਸਲਰ ਸਾਹਿਬ, ਇਹ ਸਾਰੇ ਜਿਹੜੀਆਂ ਰੂਹਾਂ ਨੇ ਨਾ, ਇਹ ਇਹਨਾਂ ਦੀ ਸੁਰਤੀ ਵਿਰਤੀ ਸਿਮਰਨ ਸੇਵਾ ਇਹਨਾਂ ਕਾਰਜਾਂ ਵਿੱਚ ਰਹੀ ਜੀ। ਜਿਹੜਾ ਸੇਵਾ ਅਤੇ ਸਿਮਰਨ ਨਾ ਸਾਡੇ ਦੋਨੋਂ ਖੰਭ ਨੇ ਜੀ, ਬਿਲਕੁਲ, ਸਿੱਖ ਦੇ ਉੱਡਣ ਲਈ ਨਾ ਦੋਨੋਂ ਪੰਖ ਨੇ, ਇਹਨਾਂ ਪੰਖਾਂ ਦੇ ਸਿਰ 'ਤੇ ਸਿਰ ਉੱਡ ਸੇਵਕ ਉੱਡਦਾ, ਬਿਲਕੁਲ, ਔਰ ਉਹਨਾਂ ਨੇ ਉਹਨਾਂ ਦੇ ਮਿਸ਼ਨ ਦੇ ਪ੍ਰਚਾਰ ਦੀ ਖਾਤਰ ਬਹੁਤ ਵੱਡਾ ਕਾਰਜ ਕੀਤਾ, ਔਰ ਅੱਜ ਜੇ ਅਕਾਲ ਅਕੈਡਮੀਜ਼ ਨੂੰ ਇੰਨਾ ਵੱਡਾ ਮਾਣ ਮਿਲਿਆ, ਜੇ ਸੰਗਤ ਨੇ ਸਤਿਕਾਰ ਦਿੱਤਾ, ਇਸੇ ਕਰਕੇ ਦਿੱਤਾ ਹੈ ਕਿ ਉਹ ਉਹਦੇ ਵਿੱਚ ਪਿੱਛੇ ਬੈਕਗਰਾਉਂਡ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਜੀ, ਔਰ ਸਤਿਕਾਰਯ ਬਾਬਾ ਤੇਜਾ ਸਿੰਘ ਜੀ ਹੋਰੀ, ਉਹਨਾਂ ਦਾ ਜੀਵਨ ਸੀ, ਕਿਉਂਕਿ ਉਹ ਵੱਡੇ ਐਜੂਕੇਸ਼ਨਿਸਟ ਸਨ, ਔਰ ਉਹਨਾਂ ਦੀ ਸੋਚ ਜਿੱਥੇ ਰੱਬੀ ਰੰਗ ਵਿੱਚ ਰੰਗੇ ਹੋਏ ਸਨ, ਉੱਥੇ ਦੁਨੀਆਂ ਦੇ ਦਰਦ ਨੂੰ ਵੀ ਸਮਝਦੇ ਸਨ। ਮੈਂ ਸੋਚਦਾ ਜਿਹੜੇ ਲੋਕ ਸਾਡੇ ਨਾ, ਜਿਹੜੇ ਜਿਵੇਂ ਤੁਸੀਂ ਮੇਰੇ ਨਾਲ ਗੱਲ ਕੀਤੀ ਹੈ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ, ਉਹ ਨਿਰਮਲੇ ਨੇ, ਬਿਲਕੁਲ ਜੀ, ਉਹ ਨਿਰਮਲੇ ਨੇ, ਔਰ ਉਹ ਨਿਰਮਲੇ ਮਹਾਂਪੁਰਸ਼ਾਂ ਨੇ ਦੇਖੋ ਇੱਕ ਸੋਚ ਸੀ ਕਿ ਦੁਆਬੇ ਵਿੱਚ ਜ਼ਮੀਨ ਇਕੱਠੀ ਕਰਨੀ, ਬਹੁਤ ਵੱਡੀ ਗੱਲ, 250 ਏਕੜ ਜ਼ਮੀਨ ਇਕੱਠੀ ਕਰਕੇ ਫਿਰ ਯੂਨੀਵਰਸਿਟੀ ਸਥਾਪਿਤ ਕਰ ਦੇਣੀ, ਇਹ ਆਪਣੇ ਵਿੱਚ ਛੋਟਾ ਕਾਰਜ ਨਹੀਂ, ਬਹੁਤ ਵੱਡਾ ਕਾਰਜ ਹੈ, ਔਰ ਬੜੀ ਛੋਟੀ ਅਵਸਥਾ ਵਿੱਚ ਉਹ ਦੁਨੀਆਂ ਤੋਂ ਚਲੇ ਵੀ ਗਏ ਬਾਬਾ ਮਨਜੀਤ ਸਿੰਘ ਜੀ, ਔਰ ਉਹਨਾਂ ਨੇ ਜਿਹੜਾ ਵੱਡਾ ਕਾਰਜ ਕੀਤਾ, ਇਸੇ ਤਰ੍ਹਾਂ ਹੀ ਇਹ ਬੜੂ ਸਾਹਿਬ ਵਾਲੇ ਜਿਹੜੇ ਮਹਾਂਪੁਰਸ਼ ਨੇ, ਕਿਉਂਕਿ ਸੇਵਾ ਪੰਥੀ ਵੱਲੋਂ ਕਾਲਜ ਬਹੁਤੇ ਚੱਲਦੇ ਨੇ, ਉਦਾਸੀਆਂ ਵੱਲੋਂ ਵੀ ਸਕੂਲ ਕਾਲਜ ਚੱਲਦੇ ਨੇ, ਨਿਹੰਗ ਸਿੰਘ ਵੀ ਬੜੇ ਵਧੀਆ ਸਕੂਲ ਚਲਾ ਰਹੇ ਨੇ, ਬਾਬਾ ਬੁੱਢਾ ਦਲ ਦਾ ਸਕੂਲ ਬੜਾ ਸ਼ਾਨ ਨਾਲ ਪਟਿਆਲੇ ਚੱਲ ਰਿਹਾ। ਮੈਂ ਹੈਰਾਨ ਹੋਇਆ ਜੀ, ਮੈਂ ਆਪ ਇੱਥੇ ਇੱਕ ਸਕੂਲ ਦੇ ਪ੍ਰਬੰਧ 'ਚ ਹਾਂ, ਤਾਂ ਅਸੀਂ ਇੱਕ ਵਾਰੀ ਇੰਡੀਆ ਸਕੂਲ ਵਿਜਿਟ ਕਰਨ ਦਾ ਪ੍ਰੋਗਰਾਮ ਬਣਾਇਆ, ਤਾਂ ਮੈਂ ਆਪਣੇ ਰਿਸੋਰਸ ਤੋਂ ਪਤਾ ਕੀਤਾ ਕਿ ਵਧੀਆ ਸਕੂਲ ਕਿਹੜਾ, ਤਾਂ ਉਹ ਕਹਿੰਦੇ ਜੀ ਬੁੱਢਾ ਦਲ
ਸਕੂਲ ਜਿਹੜਾ ਪਟਿਆਲੇ ਦੇ ਵਿੱਚ, ਮੈਂ ਕਿਹਾ ਮੈਂ ਆਪਦੀ ਸੋਚ ਮੁਤਾਬਕ ਕਿਹਾ ਵੀ ਨਿਹੰਗ ਸਿੰਘ ਕੀ ਸਕੂਲ ਚਲਾਉਂਦੇ ਹੋਣਗੇ, ਪਰ ਜਦੋਂ ਉੱਥੇ ਜਾ ਕੇ ਵੇਖਿਆ ਮਤਲਬ ਕਮਾਲ ਦਾ ਸਕੂਲ ਹੈ ਜੀ ਉਹ। ਅਸਲ ਵਿੱਚ ਨਾ ਨਿਹੰਗ ਸਿੰਘਾਂ ਵਿੱਚ ਵੀ ਬੰਦੇ ਬੜੇ ਐਜੂਕੇਸ਼ਨਲਿਸਟ ਅਤੇ ਭਜਨੀਕ ਨੇ ਜੀ। ਅਸੀਂ ਨਾ ਅਸਲ ਵਿੱਚ ਸਮੁੱਚੀ ਕੌਮ ਨਿਹੰਗ ਸਿੰਘ ਸਾਂ, ਬਿਲਕੁਲ ਬਹੁਤ ਲੋਕਾਂ ਨੂੰ ਨਹੀਂ ਪਤਾ 18ਵੀਂ ਸਦੀ ਵਿੱਚ ਅਸੀਂ ਸਾਰੇ ਨਿਹੰਗ ਸਿੰਘ ਸਾਂ। ਆਮ ਕੌਮ ਸਮਝ ਨਹੀਂ ਸਕੀ, 60 ਸਾਲ ਜੰਗਲਾਂ ਵਿੱਚ ਰਹੇ, ਉਸੇ ਪਹਿਰਾਵੇ 'ਚ ਰਹੇ ਜੀ। ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜੇ ਕੋਈ ਸੀ ਨਾ ਜੀ, ਬਾਕੀ ਤਨਖਾਹਦਾਰ ਫੌਜਾਂ ਸਨ, ਸ਼ੇਰੇ ਪੰਜਾਬ ਦੀ ਸਮੁੱਚੀ ਕੈਬਨਿਟ ਨੂੰ ਲੈ ਲਓਗੇ ਅਤੇ ਉਹਨਾਂ ਦੇ ਜਨਰਲ ਨੂੰ ਲੈ ਲਓਗੇ ਅਤੇ ਉਸ ਯੂਰਪ ਵਿੱਚੋਂ ਵੀ ਸਨ, ਦੂਸਰੇ ਦੇਸ਼ਾਂ ਵਿੱਚੋਂ ਵੀ ਸਨ, ਪਰ ਅਕਾਲੀ ਬਾਬਾ ਫੂਲਾ ਸਿੰਘ ਕੋਲ 25,000 ਸੈਨਾ ਸੀ। 25,000 ਸੈਨਾ ਉਹ ਸੀ ਜਿਹੜੀ ਕੋਈ ਤਨਖਾਹ ਨਹੀਂ ਸੀ, ਨਿਸ਼ਕਾਮ ਸੇਵਕ ਸੀ, ਔਰ ਸਾਰੇ ਨਿਹੰਗ ਸਿੰਘ ਸਨ, ਔਰ ਅਕਾਲੀ ਫੂਲਾ ਸਿੰਘ ਬੁੱਢਾ ਦਲ ਦੇ ਮੁਖੀ ਸਨ ਜੀ। ਅਕਾਲੀ ਬਾਬਾ ਫੂਲਾ ਸਿੰਘ ਬੁੱਢਾ ਦਲ ਦੇ ਮੁਖੀ ਸਨ ਸੀ, ਬਿਲਕੁਲ ਜੀ। ਔਰ ਜਿਹੜਾ ਇਹ ਬਾਬਾ ਬੁੱਢਾ ਦਲ ਦਾ ਪਬਲਿਕ ਸਕੂਲ ਹੈ, ਪਟਿਆਲੇ ਚੱਲਦਾ, ਇੱਕ ਜੀਰਕਪੁਰ ਚੱਲਦਾ, ਇੱਕ ਸਮਾਣੇ ਚੱਲਦਾ ਜੀ, ਇਹ 3 ਸਕੂਲ ਪੰਜਾਬ 'ਚ ਚੱਲ ਰਹੇ ਨੇ ਜੀ। ਔਰ ਬੁੱਢਾ ਦਲ ਵੀ ਇਸ ਵੱਲ ਨੂੰ ਚੱਲਿਆ ਹੋਇਆ। ਮੈਨੂੰ ਇੱਕ ਦਿਨ ਬਾਬਾ ਬਲਵੀਰ ਸਿੰਘ ਬੁੱਢਾ ਦਲ ਜਿਹੜੇ ਮੌਜੂਦਾ ਮੁਖੀ ਨੇ 96 ਕਰੋੜੀ ਜੀ, ਉਹ ਖੁਦ ਕਹਿੰਦੇ ਪਏ ਸਨ ਜੀ। ਉਹ ਕਹਿੰਦੇ ਸਨ ਕਿ ਸਾਡੀ ਵੀ ਇੱਕ ਸੁਪਨਾ ਆ ਕਿ ਅਸੀਂ ਗੁਰੂ ਕੀ ਕਾਂਸ਼ੀ ਦਮਦਮਾ ਸਾਹਿਬ ਇੱਕ ਯੂਨੀਵਰਸਿਟੀ ਹੋਰ ਸਥਾਪਿਤ ਕਰਾਂਗੇ। ਕਿਆ ਬਾਤ ਬੁੱਢਾ ਦਲ ਵੱਲੋਂ, ਮੈਂ ਕਿਹਾ ਜੀ ਬਹੁਤ ਪਿਆਰੀ ਸੋਚ ਹੈ, ਕਿਉਂਕਿ ਬੁੱਢਾ ਦਲ ਕੋਲ ਬਹੁਤ ਪੁਰਾਤਨ ਗੁਰੂ ਘਰਾਂ ਦਾ ਪ੍ਰਬੰਧ ਚੱਲ ਰਿਹਾ। ਬਿਲਕੁਲ ਜੀ, ਹਜ਼ਾਰਾਂ ਸੈਂਕੜੇ ਜਦੋਂ ਤੁਸੀਂ ਗੁਰੂ ਘਰਾਂ 'ਚ ਦਰਸ਼ਨ ਕਰਨ ਜਾਂਦੇ ਹੋ ਤਾਂ ਲਗਭਗ ਮੈਂ ਇੱਕ ਦਿਨ ਸੋਚਦਾ ਸੀ 250-300 ਗੁਰੂ ਘਰ ਹੈ ਜਿਹੜਾ ਬੁੱਢਾ ਦਲ ਦੇ ਸਿੱਧੇ ਪ੍ਰਬੰਧ ਹੇਠ ਹੈ। ਅੱਛਾ ਜੀ, ਜਿਹਨਾਂ ਦੀ ਪ੍ਰੋਪਰਟੀ, ਕਿਉਂਕਿ ਆਮਦਨ ਹੋਏਗੀ ਅਤੇ ਐਜੂਕੇਸ਼ਨ ਵੱਲੋਂ ਧਿਆਨ ਦੇ ਸਕਦੇ ਹਾਂ, ਅਤੇ ਜਦੋਂ ਕਿਤੇ ਨਾਸਾ ਵਿੱਚ ਬੱਚੇ ਆਉਂਦੇ ਨੇ ਬੁੱਢਾ ਦਲ ਪਬਲਿਕ ਸਕੂਲ ਦੇ ਅਤੇ ਮੈਂ ਬੜਾ ਖੁਸ਼ ਹੁੰਦਾ। ਕਿਆ ਬਾਤ ਹੈ, ਜਦੋਂ ਅਕਾਲ ਅਕੈਡਮੀ ਦੇ ਬੱਚੇ ਨਾਸਾ ਵਿੱਚ ਆਉਂਦੇ ਨੇ ਵੇਖਣ ਆਉਂਦੇ ਨੇ ਉੱਥੋਂ, ਮੈਂ ਬੜਾ ਖੁਸ਼ ਹੁੰਦਾ ਕਿ ਇਹ ਸਾਡੀਆਂ ਉਹ ਸੰਸਥਾਵਾਂ ਨੇ ਜਿਹਨਾਂ ਦੇ ਬੱਚੇ ਇੰਨੀ ਤਰੱਕੀ ਕਰ ਰਹੇ ਨੇ। ਇਹ ਜਿਹੜੀਆਂ ਸਾਰੀਆਂ ਗੱਲਾਂ ਤੁਸੀਂ ਕੀਤੀਆਂ ਨਾ, ਅਸਲ ਵਿੱਚ ਇਹਨਾਂ ਦੀ ਬੈਕਗਰਾਊਂਡ ਵਿੱਚ ਸਤਿਕਾਰਯੋਗ ਬਾਬਾ ਤੇਜਾ ਸਿੰਘ ਹੋਰਾਂ ਦਾ ਜੀਵਨ ਸੀ, ਔਰ ਉਹਨਾਂ ਨੇ ਇਹ ਰਸੀਆਂ ਹੋਈਆਂ ਆਤਮਾਵਾਂ ਆਪਣੇ ਜੀਵਨ ਦੇ ਦੌਰਾਨ ਹੀ, ਬਾਬਾ ਇਕਬਾਲ ਸਿੰਘ ਭਾਵੇਂ ਨੌਕਰੀ ਕਰਦੇ ਸਨ, ਲੱਭ ਰਿਹਾ ਪਹਿਰਾਵਾ ਨਹੀਂ ਵੇਖਿਆ, ਬਿਲਕੁਲ ਸਰਵਿਸ ਕਰਦੇ ਸਨ। ਡਾਕਟਰ ਖੇਮ ਸਿੰਘ ਜੀ ਗੱਲ, ਪਹਿਰਾਵਾ ਨਹੀਂ ਵੇਖਿਆ, ਵਾਈਸ ਚਾਂਸਲਰ ਸਨ, ਐਜੂਕੇਸ਼ਨਿਸਟ ਲੱਭੇ ਜੀ, ਜਿਹਨਾਂ ਦੀਆਂ ਖੁਦ ਅਕਾਲ ਪੁਰਖ ਵਾਹਿਗੁਰੂ ਦੀ ਜਿਹਨਾਂ ਦੇ ਅੰਦਰ ਪਿਆਰ ਸੀ, ਇੱਕ ਭਾਵਨਾ ਸੀ ਅਤੇ ਨਾਲ ਸੇਵਾ ਦੀ ਕਣੀ ਸੀ ਜੀ। ਜਿਸ ਮਨੁੱਖ ਵਿੱਚ ਸੇਵਾ ਦੀ ਕਣੀ ਹੈ ਨਾ ਜੀ, ਅਤੇ ਨਾਲ ਸਿਮਰਨ ਵੀ ਕਰਦਾ, ਉਹ ਮਨੁੱਖ ਜ਼ਰੂਰ ਕੁਛ ਨਾ ਕੁਛ ਕਰ ਲੈਂਦਾ। ਅਸੀਂ ਅੱਜ ਕੱਲ੍ਹ ਅਸਲ ਵਿੱਚ ਸੰਤ ਬਾਬਾ ਤੇਜਾ ਸਿੰਘ ਜੀ ਉਹਨਾਂ ਨੂੰ ਪੇਸ਼ ਨਹੀਂ ਕਰ ਸਕੇ ਦੁਨੀਆ ਦੇ ਇਸ ਮੰਚ ਦੇ ਉੱਤੇ, ਕਿਉਂਕਿ ਇਹਨਾਂ ਸਾਡੇ ਵਿੱਚ ਬਹੁਤੇ ਨਾ ਅਸਲ ਵਿੱਚ ਜਿਹੜਾ ਕਾਰਜ ਕਰਨਾ ਸੀ ਬੁੱਧੀਜੀਵੀ ਲੋਕਾਂ ਨੇ ਜੀ ਉਹ ਨਹੀਂ ਕੀਤਾ, ਜਿਹੜੇ ਸਿੱਖ ਬੁੱਧੀਜੀਵੀਆਂ ਦਾ ਕੰਮ ਸੀ, ਖਾਸ ਕਰਕੇ ਬਾਬਾ ਤੇਜਾ ਸਿੰਘ ਵਰਗੀਆਂ ਰੂਹਾਂ ਨੂੰ ਸੰਗ ਦੇ ਸਨਮੁੱਖ ਲੈ ਕੇ ਆਉਣਾ, ਬਾਬਾ ਅਤਰ ਸਿੰਘ ਹੋਰਾਂ ਦੀ ਵਡਿਆਈ ਨੂੰ ਸੰਗ ਦੇ ਸਨਮੁੱਖ ਲੈ ਕੇ ਆਉਣਾ ਅਸੀਂ ਨਹੀਂ ਕੀਤਾ। ਅਸਲ ਵਿੱਚ ਜੇ ਉਹਨਾਂ ਦੀ ਵਡਿਆਈ ਹੈ ਤਾਂ ਤੁਹਾਡੀ ਵਡਿਆਈ ਹੈ, ਕੌਮ ਦੀ ਵਡਿਆਈ ਹੈ। ਬਿਲਕੁਲ ਜੀ, ਸੰਤ ਬਾਬਾ ਤੇਜਾ ਸਿੰਘ ਜੀ ਦੀ ਵਡਿਆਈ ਜੇ ਆਪਾਂ ਹੁਣ ਚੈਨਲ 'ਤੇ ਬੈਠੇ ਗੱਲਬਾਤ ਕਰ ਰਹੇ ਹਾਂ, ਇਹ ਵਡਿਆਈ ਤਾਂ ਕੌਮ ਦੀ ਹੈ, ਕੌਮ ਦੀ। ਅਤੇ ਮੈਨੂੰ ਇਹ ਸੁਸਾਇਟੀ ਜਿਹੜੀ ਕੈਨੇਡਾ ਵਿੱਚ ਸਥਾਪਿਤ ਕੀਤੀ ਉਹ ਇਸ ਵੈਨਕੂਵਰ ਦੀ ਧਰਤੀ 'ਤੇ ਵੱਡਾ ਕਾਰਜ ਕਰ ਰਹੀ ਹੈ, ਔਰ ਇਹ ਸੰਤ ਬਾਬਾ ਤੇਜਾ ਸਿੰਘ ਜੀ ਉਹਨਾਂ ਨੂੰ ਸਾਡੀ ਅਕੀਦਤ ਹੈ, ਸਾਡੀ ਸ਼ਰਧਾ ਹੈ, ਸੰਗਤ ਦਾ ਪਿਆਰ ਹੈ, ਔਰ ਇਹ ਬਣਿਆ ਰਹਿਣਾ ਚਾਹੀਦਾ। ਬਿਲਕੁਲ ਜੀ, ਇਹ ਬਣਿਆ ਰਹਿਣਾ ਚਾਹੀਦਾ। ਔਰ ਮੈਨੂੰ ਜਦੋਂ ਤੁਸੀਂ ਹਰ ਸਾਲ ਲਈ ਸੰਤ ਬਾਬਾ ਤੇਜਾ ਸਿੰਘ ਹੋਰਾਂ ਦੀ ਯਾਦ ਵਿੱਚ ਇੱਥੇ ਕੋਈ ਸਮਾਗਮ ਕਰਵਾਉਂਦੇ ਹੋ ਜੀ, ਖਾਸ ਕਰਕੇ ਵੈਨਕੂਵਰ ਦੀ ਧਰਤੀ 'ਤੇ, ਅਤੇ ਮੈਨੂੰ ਬੜਾ ਚੰਗਾ ਲੱਗਦਾ ਹੈ ਕਿ ਤੁਸੀਂ ਕਿਸੇ ਰਸੀ ਹੋਈ ਆਤਮਾ ਨੂੰ ਯਾਦ ਕਰਦੇ ਹੋ। ਅੱਜ ਦੇ ਯੁੱਗ ਵਿੱਚ ਅਸੀਂ ਕੇਵਲ ਅਸਲ ਨੂੰ ਭੁੱਲ ਚੁੱਕੇ ਹਾਂ ਅਤੇ ਨਕਲ ਦੇ ਪਿੱਛੇ ਲਾ ਕੇ ਸਾਰਾ ਦਿਨ ਤਰਕ ਦੇ ਵਿੱਚ ਲੱਗੇ ਰਹਿੰਦੇ ਹਾਂ ਕਿ ਕੌਮ ਨੂੰ ਲੁੱਟ ਕੇ ਖਾ ਲਿਆ, ਉਹ ਇੱਕ ਵੱਖਰਾ ਵਿਸ਼ਾ ਹੈ। ਬਿਲਕੁਲ ਜੀ, ਉਹ ਇੱਕ ਵੱਖਰਾ ਸਬਜੈਕਟ ਹੈ, ਅਤੇ ਕਿਉਂਕਿ ਜਦੋਂ ਅਸਲ ਦੇ ਨਾਲ ਨਕਲ ਆਉਂਦੀ ਹੈ ਤਾਂ ਉਹਦਾ ਪ੍ਰਭਾਵ ਵੀ ਬੁਰਾ ਜਾਂਦਾ ਹੈ, ਔਰ ਉਹਦੇ ਵਿੱਚ ਬਹੁਤ ਸਾਰੇ ਪ੍ਰਵੇਸ਼ ਚੰਗੇ ਬੰਦਿਆਂ ਵਿੱਚ ਮੰਦੇ ਬੰਦੇ ਵੀ ਪ੍ਰਵੇਸ਼ ਕਰ ਜਾਂਦੇ ਨੇ, ਇਹ ਤਾਂ ਹਰ ਥਾਂ 'ਤੇ ਹੁੰਦਾ ਹੁੰਦਾ ਹੀ ਹੈ। ਜੇ ਹਰ ਘਰ ਵਿੱਚ ਵਧੀਆ ਜੀ ਨੇ ਤਾਂ ਇੱਕ ਅੱਧਾ ਬੰਦਾ ਜੀ ਵਿੱਚੋਂ ਖਰਾਬ ਵੀ ਹੁੰਦਾ, ਅਤੇ ਜੇ ਉਸ ਦੇ ਨਾਲ ਪਰਿਵਾਰ ਨੂੰ ਤੁਸੀਂ ਨਿੰਦ ਦਿਓ ਤਾਂ ਉਹ ਵੀ ਨਹੀਂ, ਪਰਿਵਾਰ ਵਿੱਚ ਚੰਗੇ ਬੰਦੇ ਵੀ ਹੁੰਦੇ। ਇਹ ਸਾਡੇ ਸਿੱਖ ਪਰਿਵਾਰ ਦੇ ਸਿੱਖ ਸੰਤਾਂ ਵਿੱਚੋਂ ਉਹ ਸੰਤ ਨੇ ਜਿਹਨਾਂ ਨੇ ਸਾਡੀ ਚੜ੍ਹਦੀ ਕਲਾ ਲਈ ਬੜਾ ਵੱਡਾ ਕਾਰਜ ਕੀਤਾ ਔਰ ਸਾਨੂੰ ਇੱਥੋਂ ਤੱਕ ਲੈ ਕੇ ਆਏ, ਔਰ ਇਹਨਾਂ ਦੇਸ਼ਾਂ ਵਿੱਚ ਆ ਕੇ ਸਿੱਖੀ ਦੇ ਝੰਡੇ ਨੂੰ ਬੁਲੰਦ ਕੀਤਾ, ਨਿਸ਼ਾਨ ਸਾਹਿਬ ਗੱਡੇ ਗੁਰੂ ਘਰਾਂ ਦੀ ਉਸਾਰੀ ਸ਼ੁਰੂ ਕਰਵਾਈ। ਦੇਖੋ, ਪਹਿਲਾ ਗੁਰਦੁਆਰਾ ਸੈਂਟਰ ਲੰਡਨ ਵਿੱਚ ਬਣਾਉਣਾ, ਬ੍ਰਿਟਿਸ਼ ਗੌਰਮੈਂਟ ਦੇ ਜਦੋਂ ਸਰਕਾਰ ਦਾ ਉੱਥੇ ਰਾਜ ਸੀ, ਉਦੋਂ ਜਾ ਕੇ ਕਾਰਜ ਕਰਨੇ, ਕੋਈ ਛੋਟੇ ਕਾਰਜ ਨਹੀਂ, ਫਿਰ ਇੱਥੇ ਆ ਕੇ, ਫਿਰ ਅਮਰੀਕਾ ਜਾ ਕੇ, ਇਹ ਕੰਮ ਛੋਟੇ ਨਹੀਂ ਸੀ ਉਹਨਾਂ ਦਿਨਾਂ ਵਿੱਚ, ਬੜੇ ਵੱਡੇ ਕਾਰਜ ਸਨ। ਸੱਤ ਸਮੁੰਦਰ ਸੈਂਟਰਲ ਲੰਡਨ ਦੇ ਵਿੱਚ ਤਾਂ ਜੀ ਥਾਂ ਲੈਣੀ ਵੀ ਇੱਕ ਬਹੁਤ ਵੱਡੀ ਗੱਲ ਸੀ। ਅਜੇ ਵੀ ਸੈਂਟਰਲ ਲੰਡਨ ਵਿੱਚ ਜਿੱਥੇ ਗੁਰੂ ਘਰ ਹੈ ਤੇ ਸਾਡੇ ਕੋਲ ਅਜੇ ਵੀ ਜ਼ਰੂਰਤ ਹੈ, ਉੱਥੇ ਸਾਡੇ ਕੋਲ ਪਾਰਕਿੰਗ ਨਹੀਂ ਹੈ, ਉੱਥੇ ਜਗ੍ਹਾ ਲੈਣੀ ਬੜੀ ਔਖੀ ਸੀ ਜੀ,
ਔਰ ਜਿੱਥੇ ਉਹ ਗੁਰੂ ਘਰ ਬਣਾਇਆ ਗਿਆ, ਇਹ ਝੰਡੇ ਕੱਢਣੇ ਬੜੇ ਔਖੇ ਨੇ, ਬੜੇ ਗੱਲਾਂ ਬੜੀਆਂ ਔਖੀਆਂ, ਕਿਸੇ ਲਈ ਮਿਸ਼ਨ ਲਈ ਕੰਮ ਕਰਨਾ, ਸਿੱਖਿਜ਼ਮ ਲਈ ਕੰਮ ਕਰਨਾ, ਗੁਰੂ ਨਾਨਕ ਦੀ ਫਿਲਾਸਫੀ 'ਤੇ ਪਹਿਰਾ ਦੇਣਾ, ਇਹ ਬੜੇ ਔਖੇ ਕੰਮ ਨੇ। ਵੀਰ ਜੀ, ਆਪ ਜੀ ਆਏ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਮਹਾਰਾਜ ਤੁਹਾਨੂੰ ਤੰਦਰੁਸਤੀ, ਚੜ੍ਹਦੀ ਕਲਾ ਬਖਸ਼ੇ, ਦੇਸ਼ ਵਿਦੇਸ਼ ਸਿੱਖ ਕੌਮ ਦੀ ਸੇਵਾ ਕਰਦੇ ਰਹੋ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਜੀ। ਸਰਦਾਰ ਭਗਵੰਤ ਸਿੰਘ ਚੌਲ ਜਿਨ੍ਹਾਂ ਨੇ ਸਾਨੂੰ ਸੰਤ ਬਾਬਾ ਅਤਰ ਸਿੰਘ ਮਸਤੁਆਣਾ ਸਾਹਿਬ ਵਾਲਿਆਂ ਦੇ, ਸੰਤ ਬਾਬਾ ਤੇਜਾ ਸਿੰਘ ਜੀ ਦੇ ਜੀਵਨ 'ਚੋਂ ਕੁਛ ਝਲਕਾਂ ਦਿਖਾਈਆਂ ਨੇ ਕਿ ਸਾਨੂੰ ਕਿਹੋ ਜਿਹੇ ਸਿੱਖ ਬਣਨਾ ਚਾਹੀਦਾ, ਕਿਵੇਂ ਇੱਕ ਦੂਜੇ ਦਾ ਪਿਆਰ ਭਾਵ ਨਾਲ ਪੇਸ਼ ਆ ਕੇ ਅਸੀਂ ਆਪਣੀ ਕੌਮ ਨੂੰ ਅੱਗੇ ਲਿਜਾ ਸਕੀਏ ਅਤੇ ਸਿੱਖ ਪੰਥ ਦੇ ਝੰਡੇ ਬੁਲੰਦ ਰਹਿਣ। ਅੱਜ ਦੇ ਪ੍ਰੋਗਰਾਮ ਵਿੱਚ ਨਹੀਂ, ਅਗਲੇ ਹਫ਼ਤੇ ਇੱਕ ਵੱਖਰਾ ਪ੍ਰੋਗਰਾਮ ਲੈ ਕੇ ਆਪ ਜੀ ਨਾਲ ਸਾਂਝ ਪਾਵਾਂਗੇ। ਤਦ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀ ਵੀ, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।